ਮਤਲਬ ਕਿ ਮੈਂ ਸਟਾਰਟਿੰਗ ਤੋਂ ਫ੍ਰਿਚਰ ਦਾ ਕੰਮ ਕਰਦਾ ਸੀ ਬਾਈ ਜੀ ਮਤਲਬ ਕਿ ਜ਼ਿੰਦਗੀ ਦੇ ਵਿੱਚ ਹਰ ਇੱਕ ਕੰਮ ਕੀਤੇ ਨੇ ਜੀ ਪਰ ਮੈਨੂੰ ਇੱਕ ਸ਼ੌਂਕ ਹੁੰਦਾ ਸੀ ਮੈਂ ਹੈੱਡਫੋਨ ਲਾ ਕੇ ਗਾਣੇ ਬਹੁਤ ਸੁਣਦਾ ਸੀ ਹਮ ਤੇ ਅੱਜ ਵੀ ਚਲੋ ਸੁਣਦੇ ਆ ਪਰ ਉਹ ਗਾਣੇ ਨਾਲ-ਨਾਲ ਮੈਂ ਹੈੱਡਫੋਨ ਦੇ ਨਾਲ-ਨਾਲ ਗਾਉਂਦਾ ਹੁੰਦਾ ਸੀਗਾ ਹਰ ਜਨਮ ਦੇਣ ਨਹੀਂ ਦੇ ਸਕਦਾ ਮੈਂ ਤੇਰੇ ਅਹਿਸਾਨ ਦਾ ਮਾਂ ਦਾ ਨਾਮ ਬਕਾਇਦਾ ਦੀਪ ਕਮਲਾ ਜਾਂ ਤੁਸੀਂ ਬਾਅਦ ਚ ਕਮਲ ਖਾਨ ਤੋਂ ਮਿਲਣ ਤੋਂ ਬਾਅਦ ਕਮਲ ਨਾਲ ਜੋੜਿਆ ਮੇਰਾ ਜਿਹੜਾ ਅਫੀਸ਼ੀਅਲ ਨਾਮ ਹੈ ਜੀ ਰੀਅਲ ਨਾਮ ਮੇਰਾ ਘਰ ਦੇਆਂ ਤੇ ਰੱਖਿਆ ਹੋਇਆ ਉਹ ਨਾਮ ਹੈਗਾ ਦੀਪੂ ਸਿੰਘ ਜੀ ਕਿਹੜੇ ਸੀਜ਼ਨ ਤੁਸੀਂ ਗਏ ਵਾਈਸੋ ਪੰਜਾਬ ਸੀਜ਼ਨ 13 ਚ ਗਏ ਸੀ 13 ਚ ਗਏ ਆ ਅੱਛਾ ਤੇ ਮਤਲਬ ਤੁਸੀਂ ਉੱਥੇ ਵਾਈਸੋ ਪੰਜਾਬ ਜੁਗਏ ਕਿੰਨੇਵੇਂ ਰਾਉਂਡ ਚ ਤੁਸੀਂ ਬਾਹਰ ਹੋਏ ਹੋ ਬਾਹਰ ਨਹੀਂ ਹੋਇਆ ਜੀ ਮੈਂ ਮਤਲਬ ਕਿ ਜੱਤਨ ਵਾਲਾ ਕੰਮ ਸੀ ਟੌਪ 4 ਸੀਗਾ ਜੀ ਅੱਛਾ ਟੌਪ 4 ਚ ਸੀਗੇ ਤੁਸੀਂ ਜੀ 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 ਜਾ ਅਦਰ ਗਾਣੇ ਫਿਰ ਕਮਲ ਖਾਨ ਦੇ ਗਾਣੇ ਹੋ ਜਾਂ ਸਰਦੂਲ ਭਾਈ ਦੇ ਵੀ ਗਾਣੇ ਹੋ ਸਰਦੂਲ ਭਾਈ ਔਰ ਕਮਲ ਖਾਨ ਮਿਲਦਾ ਪਰ ਸਰਦੂਲ ਭਾਈ ਦੇ ਤਾਂ ਕਿਆ ਕੋਈ ਰੀਸ ਕਰ ਹੀ ਨਹੀਂ ਸਕਦਾ ਪਹਿਲੀ ਗੱਲ ਤਾਂ ਇਹਨੇ ਵੀ ਮੈਂ ਸ਼ੁਰੂ ਤੋਂ ਮੇਰਾ ਸਟਾਰਟ ਜਿਹੜਾ ਉਸਤਾਦ ਜੀ ਹੋਂ ਤੋਂ ਹੋਇਆ ਕਮਲ ਖਾਨ ਸਾਹਿਬ ਤੋਂ ਦੂਸਰੇ ਨੰਬਰ ਤੇ ਮੈਂ ਸਰਦੂਲ ਸਾਹਿਬ ਨੂੰ ਵੀ ਬਹੁਤ ਜ਼ਿਆਦਾ ਸੁਣਿਆ ਫਿਰੋਜ਼ ਖਾਨ ਨੂੰ ਵੀ ਸੁਣਿਆ ਜ਼ਿੰਦਗੀ ਭਰ ਦੇ ਸਾਥ ਨਿਭਣਗੇ ਇਹਨੇ ਉਸਤਾਦ ਕੋਈ ਧਾਰਿਆ ਨਹੀਂ ਹੈਗਾ ਫਿਰ ਰਿਆਜ਼ ਕਿਵੇਂ ਗਾਣੇ ਸੁਣ ਕੇ ਹੀ ਕਰਦੇ ਹੋ ਫਿਰ ਗਾਣੇ ਸੁਣ ਕੇ ਹੀ ਕਰਦਾ ਜੀ ਬਸ ਮੇਰੀਆਂ ਇਹ ਗੱਲਾਂ ਤੇ ਯਕੀਨ ਨਹੀਂ ਕਰਦੇ ਕੋਈ ਨਹੀਂ ਨਹੀਂ ਯਕੀਨ ਤਾਂ ਕਮਲ ਖਾਨ ਵੀ ਵੈਸੇ ਤਾਂ ਹੈਵੀ ਬਣੇ ਨੇ ਉਹ ਉਹਨਾਂ ਦੇ ਵੀ ਨਹੀਂ ਉਸਤਾਦ ਸੀ ਕੋਈ ਵੀ ਕੋਰਸ ਕੋਈ ਵੀ ਸਿੰਗਰ ਮਿਲ ਜਾਂਦਾ ਹੈ ਹੀ ਚੱਲੇ ਮੰਨੇ ਜੀ ਕੰਮ ਵੀ ਮਤਲਬ ਕਿ ਕਰਦੇ ਨੇ ਚੰਡੀ ਕੱਟ ਦੇ ਵਿੱਚ ਮੇਨ ਸਾਡਾ ਮਕਸਦ ਕੰਮ ਹੀ ਹੈ ਹੂੰ ਕੰਮ ਤੋਂ ਬਾਹਰ ਅਸੀਂ ਆਪਣਾ ਕੰਮ ਕਰਦੇ ਹਾਂ ਆਪਣਾ ਕੰਮ ਕਰਦੇ ਹ ਇਹਦੇ ਚਾਰ ਪੈਸੇ ਬਣਦੇ ਕਿ ਨਹੀਂ ਬਣਦੇ ਚਾਰ ਪੈਸੇ ਬਣਦੇ ਆ ਜੀ ਕਈ ਵਾਰੀ ਤਾਂ ਸਮਾਂ ਇਦਾਂ ਦਾ ਹੁੰਦਾ ਹੈ ਰੋਟੀ ਵੀ ਨਸੀਬ ਹੁੰਦੀ ਜਦ ਕਿ ਅ ਅਜਕਲ ਦੀਪ ਜਿਹੜੀ ਇਹ ਗਾਇਕੀ ਲਾਈਨ ਹੈ ਨਾ ਇਹ ਬੜੀ ਮਹਿੰਗੀ ਲਾਈਨ ਹੈ ਤਾਂ ਤੁਸੀਂ ਗਾਣਾ ਇੱਕ ਕੱਢਣਾ ਹੋਵੇ ਤਾਂ ਮਤਲਬ ਤੁਹਾਡਾ ਘੱਟੋ ਘੱਟ ਵੀ ਜੇ ਬਜਟ 5 ਲੱਖ ਰੁਪਈਆ ਦਾ ਬਣਦਾ ਹੈ ਨਾ ਔਰ ਆਮ ਬੰਦਾ ਗਾਇਕ ਬਣ ਨਹੀਂ ਸਕਦਾ ਜਾਂ ਗਾਣਾ ਕਾਢ ਨਹੀਂ ਸਕਦਾ ਜਾਂ ਆਪਣੇ ਸ਼ੌਕ ਪੂਰੇ ਕਰ ਲੇ ਅਲੱਗ ਕਰ ਲੈ ਪਰ ਗਾਣਾ ਕੱਢਣਾ ਬਹੁਤ ਮੁਸ਼ਕਲ ਹੈ ਇਸ ਬਿਲਕੁਲ ਨਹੀਂ ਬਿਲਕੁਲ ਇਸ ਕਰਕੇ ਅਸੀਂ ਨਾਲ ਨਾਲ ਕੰਮ ਕਰੀਏ ਨੇ ਹੂੰ ਤੇਰੇ ਪਿਆਰ ਦੀ ਸੋ ਮੈਨੂੰ ਨਿਰਭ ਮੈਨੂੰ ਭੁੱਲ ਜਾਵੇ ਭੁੱਲ ਜਾ ਬਾ ਜੇ ਮੈਂ ਤੈਨੂੰ ਨੇ ਤਾਂ ਮਾਲਕ ਲਵਾਣਾ ਫੋਟੋਆ ਫੋਟੋ ਮਾਲਕ ਲਵਾਵੇ ਔਰ ਜੀ ਛੱਦ ਕੇ ਲਵਾਵੇ ਪਤਾ ਕਹਿੰਦੇ ਮੇਰੀ ਗੱਲ ਇਹ ਆ ਵੀ ਤੁਸੀਂ ਆਪਣੇ ਬੰਦੋ ਠੀਕ ਰਹੋ ਅੱਛਾ ਗਾਉਂਦੇ ਰਹੋ ਬਿਲਕੁਲ ਬਾਕੀ ਤਾਂ ਚੱਲਣ ਦਾ ਚਾਹਤ ਫਤਿਹ ਅਲੀ ਖਾਂ ਕੋ ਚਲੀ ਜਾਂਦਾ ਬਦੋ ਬਦੀ ਆਲਾ ਜੀ ਸ਼ੋਅ ਦੇਖੀਂਦਾ ਸੀ ਗਾ ਜੀ ਸਲੀਮ ਭਾਈ ਦਾ ਜੀ ਕਿ ਉੱਥੇ ਮੈਂ ਜਦੋਂ ਦੇਖਿਆ YouTube ਖੋਲ ਕੇ ਤਾਂ ਸੋਨੂ ਸੀ ਤੁਸੀਂ ਫੋਟੋ ਲੱਗੀ ਮੈਂ ਇੰਦੇ ਲੱਗੀ ਹੋਈਂ ਦੇਖੋ ਸਸਿਕਾ ਜੀ ਤੁਸੀਂ ਦੇਖ ਰਹੇ ਹੋ R19 ਔਰ ਮੈਂ ਹਾਂ ਸ਼ਰਜੀਤ ਬੈਸ ਅਕਲਵਯੇ ਨੇ ਬੇਸ਼ੱਕ ਨਿੱਜੀ ਤੌਰ ਤੇ ਆਪਣੇ ਗੁਰੂ ਦਰੁਣਾਚਾਰਿਆ ਤੋਂ ਸਿੱਖਿਆ ਨਹੀਂ ਲਈ ਪਰ ਫਿਰ ਵੀ ਅਕਲਵਯਾ ਦੂਰੋਂ ਖੜ ਕੇ ਆਪਣੇ ਗੁਰੂ ਨੂੰ ਤੀਰਿੰਦਾਜੀ ਅਤੇ ਹੋਰ ਸ਼ਸਤਰ ਚਲਾਉਂਦੇ ਦੇਖ ਕੇ ਇੱਕ ਵੱਡਾ ਜੋਧਾ ਬਣ ਗਿਆ ਇਸੇ ਤਰ੍ਹਾਂ ਹੀ ਬਹੁਤ ਸਾਰੀਆਂ ਮਿਸਾਲਾਂ ਸਾਨੂੰ ਦੇਖਣ ਨੂੰ ਮਿਲਦੀਆਂ ਨੇ ਅੱਜ ਜਿਹੜੀ ਸ਼ਖਸੀਅਤ ਤੁਹਾਡੇ ਨਾਲ ਮੈਂ ਰੂਬਰੂ ਕਰਨ ਜਾ ਰਿਹਾ ਉਹ ਵੀ ਇੱਕ ਇਸੇ ਤਰ੍ਹਾਂ ਦੀ ਸ਼ਕਤੀ ਹੈ ਜੋ ਬਾਲੀਵੁੱਡ ਦੇ ਜਿਹੜੇ ਸਿੰਗਰ ਨੇ ਮੇਰੇ ਛੋਟਾ ਭਾਈ ਹੈ ਕਮਲ ਖਾਨ ਉਹਨੂੰ ਦੇਖਦੇ ਇੱਕੇ ਗਾਉਣਾ ਸਿੱਖਿਆ ਹੈ ਔਰ ਉਹਦੇ ਕਦਮਾਂ ਤੇ ਚੱਲ ਰਿਹਾ ਹੈ ਸਾਡੇ ਨਾਲ ਹੈ ਅੱਜ ਦੀਪ ਕਮਲ ਦੀਪ ਕਮਲ ਜੀ ਬਹੁਤ ਬਹੁਤ ਸਵਾਗਤ ਹੈ ਆਰ 19 ਤੁਹਾਡਾ ਸਤਿ ਸ਼੍ਰੀ ਅਕਾਲ ਜੀ ਸਲਾਮ ਅਦਾਬ ਆਰ 19 ਨਾਲ ਜਿੰਨੇ ਵੀ ਜੁੜੇ ਹੋਏ ਪਿਆਰ ਕਰਨ ਵਾਲੇ ਸਰੋਤੇ ਸਾਰਿਆਂ ਨੂੰ ਮੇਰੇ ਵੱਲੋਂ ਬਹੁਤ ਸਾਰਾ ਪਿਆਰ ਸਤਕਾਰ ਜੀ ਔਰ ਬਹੁਤ ਬਹੁਤ ਥੈਂਕ ਯੂ ਜੀ ਸ਼ਰਨਜੀਤ ਭਾਜੀ ਉਹਨਾਂ ਦਾ ਗੁਰੂ ਜੀ ਹੋਣਾ ਜਿਨ੍ਹਾਂ ਨੇ ਮੈਨੂੰ ਆਪਣਾ ਕੀਮਤੀ ਸਮਾਂ ਕੱਢ ਕੇ ਮੈਨੂੰ ਇੱਕ ਨਿਮਾਣੇ ਜਿਹੇ ਬੱਚੇ ਨੂੰ ਅੱਜ ਦਰਸ਼ਨ ਦਿੱਤੇ ਨੇ ਜੀ ਅ ਦੀਪਕਮਲ ਜੀ ਤੁਹਾਡਾ ਸਵਾਗਤ ਹੈ R19 ਤੇ ਔਰ ਜਿਵੇਂ ਕਿ ਮੈਂ ਦਸੀ ਔਰ ਜਿਵੇਂ ਕਿ ਮੈਨੂੰ ਪਤਾ ਵੀ ਹੈ ਕਿ ਤੁਸੀਂ ਕਮਲ ਖਾਨ ਦੇ ਸ਼ਾਗਿਰਦੋਂ ਬੇਸ਼ੱਕ ਨਿੱਜੀ ਤੌਰ ਤੇ ਤੁਸੀਂ ਉਹਨਾਂ ਦੀ ਸ਼ਾਗਿਰਦੀ ਹਲੇ ਨਹੀਂ ਲਈ ਹੈਗੀ ਜਿਹਨੂੰ ਕਹਿੰਦੇ ਉਸਤਾਦ ਸ਼ਾਗਿਰਦ ਬਕਾਇਦਾ ਜਿਹੜੇ ਉਸਤਾਦ ਸ਼ਿਕਰ ਬਣਦੇ ਨੇ ਉਹ ਤੁਸੀਂ ਨਹੀਂ ਹਲੇ ਜਿਹੜੀ ਰਸਮਾਂ ਨੇ ਪੂਰੀਆਂ ਕੀਤੀਆਂ ਪਰ ਫਿਰ ਵੀ ਤੁਸੀਂ ਉਹਨਾਂ ਨੂੰ ਜਿਹੜਾ ਦੇਖ ਦੇਖ ਕੇ ਗਾਉਨੇ ਹੋ ਔਰ ਵਧੀਆ ਗਾਉਨੇ ਹੋ ਇਹ ਪ੍ਰੇਰਣਾ ਕਿੱਥੋਂ ਲਈ ਕਿਉਂ ਔਰ ਕਮਲ ਖਾਨ ਹੀ ਕਿਉਂ ਮਰ ਉਹ ਤੁਹਾਨੂੰ ਕਮਲ ਖਾਨ ਇਹ ਮੈਂ ਤੁਸੀ ਇੱਕ ਕੁਛ ਨਹੀਂ ਇਦਾਂ ਦਾ ਪੁੱਛ ਲਈ ਮੈਂ ਕੁਛ ਕਹਿ ਨਹੀਂ ਸਕਦਾ ਕੁਝ ਵੀ ਇਹਦੇ ਲਈ ਕੁਛ ਮੈਂ ਮੈਨੂੰ ਕੁਛ ਨੂੰ ਸਮਝ ਨਹੀਂ ਆ ਰਿਹਾ ਕਿ ਮੈਂ ਕੀ ਕਰਾਂ ਜਿਉਂਕਿ ਮੈਂ ਛੋਟਾ ਬਚਪਨ ਤੋਂ ਗੋਨਾ ਹੁੰਦਾ ਸੀ ਹਮਮ ਔਰ ਮੈਂ ਆਪਣੇ ਭਰਾ ਭੈਣ ਭਰਾਵਾਂ ਨੂੰ ਦੇਖਦਾ ਹੁੰਦਾ ਸੀ ਗਉਂਦਿਆਂ ਨੂੰ ਯਾਰਾਂ ਬੇਲੀਆਂ ਨੂੰ ਹਮਮ ਔਰ ਮੇਰੇ ਅੰਦਰ ਸੀਗਾ ਕਿਹੜਾ ਕਿ ਮੈਂ ਵੀ ਗਾਵਾਂ ਹਮਮ ਜਦੋਂ ਉਹ ਗਲਤ ਗਾਉਂਦੇ ਸੀ ਤੇ ਮੈਂ ਉਹਨਾਂ ਨੂੰ ਜੱਜ ਕਰਦਾ ਹੁੰਦਾ ਸੀ ਮਨ ਦੇ ਵਿੱਚ ਕਿ ਯਾਰ ਇਹ ਬੰਦੇ ਗਲਤ ਗਾ ਰਹੇ ਆ ਪਰ ਉਸ ਟਾਈਮ ਉਹ ਗਲਤ ਗਾ ਰਹੇ ਹੁੰਦੇ ਸੀ ਹਮਮ ਪਰ ਉਦੋਂ ਨਾ ਤਾਂ ਮੇਰੇ ਪਰਿਵਾਰ ਵਾਲਿਆਂ ਨੂੰ ਨਾ ਮੇਰੇ ਜਿੰਨੇ ਵੀ ਸਰਕਲ ਦੇ ਵਿੱਚ ਟੀਚਰਾਂ ਨੂੰ ਪਤਾ ਨਹੀਂ ਸੀ ਕਿ ਇਹ ਬੰਦਾ ਗਾਉਂਦਾ ਹੈ ਤੇ ਉਸ ਤੋਂ ਬਾਅਦ ਮੈਂ ਉਦੋਂ ਮੈਨੂੰ ਇਹ ਪਤਾ ਸੀ ਕਿ ਯਾਰ ਮੈਂ ਕੀ ਬਿਕਨਾ ਇੱਕ ਦਿਨ ਬਣੂਗਾ ਗਾਉਣ ਵਾਲਾ ਕਿ ਮੇਰੇ ਅੰਦਰ ਹੈਗਾ ਕੁਛ ਨਾ ਕੁਛ ਕਿ ਮੈਂ ਸਿੰਗਰ ਬਣਨਾ ਹੈ ਹੂੰ ਔਰ ਮੇਰੀ ਗੱਲ ਤੇ ਕਿਸੇ ਨੇ ਕੋਈ ਯਕੀਨ ਨਹੀਂ ਸੀ ਕਰਦਾ ਉਸ ਟਾਈਮ ਜਾਂ ਮੈਂ ਕਟਿੰਗ ਕਰਉਣ ਜਾਂਦਾ ਸੀ ਕਿਤੇ ਵੀ ਜਾਂਦਾ ਸੀ ਰਿਸ਼ਤੇਦਾਰ ਜਿਵੇਂ ਮੈਂ ਗਾਉਂਦਾ ਸੀਗਾ ਹੂੰ ਪਰ ਇਹਨਾਂ ਯਕੀਨ ਜਾਂ ਨਹੀਂ ਸੀ ਕਰਦੇ ਪਰ ਉਸ ਤੋਂ ਬਾਅਦ ਉਸਤਾਦ ਜੀ ਉਹਨਾਂ ਦਾ 2013 ਦੇ ਵਿੱਚ ਇੱਕ ਗਾਣਾ ਆਇਆ ਸੀ ਤੇਰੇ ਨਾਲ ਚੱਲਦੇ ਨੇ ਸਾਂ ਹੂੰ ਦਰਬਾਰ ਤੇ ਬਾਬਾ ਜੀ ਦੇ ਮੈਂ ਸੇਵਾ ਕਰਨ ਜਾਂਦਾ ਸੀ ਹੂੰ ਤੇ ਉੱਥੇ ਉਹਨਾਂ ਨੇ ਐਸਾ ਗਾਇਆ ਉਦੋਂ ਬਸ ਦਿਲ ਚ ਵੜ ਗਿਆ ਜੀ ਉਹ ਉਸ ਤੋਂ ਬਾਅਦ ਮੈਂ ਇਹਨਾਂ ਨੂੰ ਫੋਲੋ ਕਰਨ ਲੱਗ ਗਿਆ ਮਤਲਬ 우ਸਤਾਦ ਹਰਲੇ ਕਮਰਖਾਨ ਨੂੰ ਤੁਸੀਂ ਜੀ 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 ਇਹ ਤੁਹਾਡੀ ਗਾਇਕੀ ਤੁਹਾਡੇ ਖੂਨ ਚ ਪਹਿਲੇ ਵੀ ਕੋਈ ਤੁਹਾਡੇ ਪਰਿਵਾਰ ਚ ਗਾ ਰਿਆ ਸੀ ਪਰਿਵਾਰ ਦੇ ਵਿੱਚੋਂ ਨਹੀਂ ਗਾਉਂਦਾ ਹੋਊਗਾ ਜੀ ਪਰ ਮੈਨੂੰ ਯਾਦ ਨਹੀਂ ਅੱਛਾ ਫਿਰ ਮਤਲਬ ਗਾਇਕੀ ਵੱਲੋਂ ਤੁਸੀਂ ਕਿਉਂ ਮਤਲਬ ਜੇ ਤੁਹਾਡਾ ਰੁਝਾਨ ਕਿਵੇਂ ਪਿਆ ਧਰ ਨੂੰ ਰੋਜ਼ਾਨ ਇਦਾਂ ਪਿਆ ਕਿ ਮੈਂ ਇੱਕ ਦਿਨ ਵੀ ਕਟਿੰਗ ਕਰਵਾ ਰਿਹਾ ਸੀ ਜੀ ਉੱਥੇ ਇੱਕ ਸਿੰਗਰ ਆਇਆ ਚਲੋ ਮੈਂ ਨਾਮ ਨਹੀਂ ਲੈਣਾ ਚਾਹੁੰਗਾ ਹਾਂ ਔਰ ਮੈਂ ਕਟਿੰਗ ਕਰਾ ਰਿਹਾ ਸੀ ਉਹ ਉਹ ਜਿਹੜੇ ਸਿੰਗਰ ਦੇ ਬੌਂਸਰ ਨੇ ਮੈਨੂੰ ਸੀਟ ਤੋਂ ਕਹਿੰਦੇ ਵੀ ਤੁਸੀਂ 2 ਮਿੰਟ ਵੇਟ ਕਰੋ ਪਿੱਛੇ ਹੋ ਜਾਓ ਵੀ ਸਾਡਾ ਸ਼ੋਅ ਹੈ ਅੱਛਾ ਤੇ ਵੀ ਤੁਸੀਂ 2 ਮਿੰਟ ਵੇਟ ਕਰੋ ਅਸੀਂ ਮੈਨੂੰ ਮੈਂ ਮੇਰੇ ਧਿਆਨ ਚ ਵੀ ਨਹੀਂ ਸੀ ਕਿ ਇਹ ਸਿੰਗਰ ਹੈ ਹੂੰ ਮੈਂ ਕਿਹਾ ਯਾਰ ਕੋਈ ਕੋਈ ਨੋਕੀ ਗੱਲਬਾਤ ਹੈਗੀ ਕਿ ਜਿਹੜੇ ਬੰਦੇ ਨੇ ਬੌਂਸਰ ਰੱਖੇ ਹੋਏ ਆ ਬੌਂਸਰ ਰੱਖੇ ਹੋਏ ਆ ਅੱਛਾ ਬਾਹਰ ਗੱਡੀ ਖੜੀ ਸੀ ਆਡੀ ਹੂੰ ਤੇ ਮੈਂ ਉਸ ਤੋਂ ਬਾਅਦ ਮੈਨੂੰ ਜਦੋਂ ਮੈਂ ਘਰੇ ਗਿਆ ਉਸ ਤੋਂ ਬਾਅਦ ਮੈਨੂੰ ਮੁੰਡੇ ਕਹਿੰਦੇ ਯਾਰ ਇਹ ਉਹ ਸਿੰਗਰ ਸੀਗਾ ਅੱਛਾ ਕਿਹੜੇ ਇਲਾਕੇ ਦੀ ਗੱਲ ਹੈ ਇਹ ਹਰਿਆਣੇ ਦੀ ਜਿਹੜਾ ਜਿੱਥੇ ਮੇਰਾ ਜਨਮ ਹੋਇਆ ਨਾ ਟੋਹਾਣਾ ਸ਼ਹਿਰੀ। ਹਾਂ ਤੁਸੀਂ ਹਰਿਆਣੇ ਤੋਂ ਬਿਲੋਂਗ ਕਰਦੇ ਹੋ। ਹਾਂਜੀ ਉੱਥੋਂ ਬਿਲੋਂਗ ਕਰਦੇ ਆ। ਅੱਛਾ। ਤੇ ਉਸ ਸਿੰਗਰ ਪੰਜਾਬੀ ਸੀ? ਸਿੰਗਰ ਪੰਜਾਬੀ ਸੀਗਾ ਜੀ। ਅੱਛਾ। ਬਲਕਿ ਅੱਜਕੱਲ੍ਹ ਚੱਲ ਰਹੇ ਨੇ ਵਧੀਆ। ਅੱਛਾ। ਤੇ ਉਸ ਤੋਂ ਬਾਅਦ ਫਿਰ ਮੈਂ ਵੀ ਸੋਚ ਲਿਆ ਕਿ ਯਾਰ ਮੈਂ ਵੀ ਇਦਾਂ ਦਾ ਕੰਮ ਕਰਨਾ ਹੋਵੇ ਨਾ ਕੋਈ। ਉਸ ਤੋਂ ਬਾਅਦ ਉਸਤਾਦ ਜੀ ਉਹਨਾਂ ਨੂੰ ਸੁਣਨ ਲੱਗ ਗਏ। ਇਹਨਾਂ ਨੂੰ ਸੁਣ 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 ਕੇ ਸਰਦੂਲ ਸਾਹਿਬ ਨੂੰ। ਹੂੰ। ਔਰ ਤੁਹਾਡੇ ਦਿੱਤੇ ਹੋਏ ਗਾਣੇ ਜਿੰਨੇ ਵੀ ਸਿੰਗਰਾਂ ਨੇ ਕੀਤੇ ਆ ਜੀ ਉਹ ਸਾਰਿਆਂ ਨੂੰ ਸੁਣ ਸੁਣ ਕੇ ਮੈਂ ਅੱਗੇ ਆਇਆ ਜੀ। ਮਤਲਬ ਤੁਹਾਨੂੰ ਉੱਥੋਂ ਲੱਗਿਆ ਵੀ ਮੈਂ ਮੈਂ ਸੀਟ ਤੋਂ ਹਟਾਤਾ ਬੌਂਸਰਾਂ ਨੇ ਇਹ ਸਿੰਗਰ ਹੈ ਕਿ ਮੈਂ ਵੀ ਸਿੰਗਰ ਬਣ ਜਾ ਮੈਂ ਵੀ ਬੌਂਸਰ ਕਾਲ ਨੂੰ ਰੱਖਾਂਗਾ ਨਾਲ ਸੀ ਜੀ 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 ਮੇਰਾ ਸੁਭਨ ਹੈ ਜੀ ਪਰ ਪਰ ਜਿਹੜੇ ਅੱਛੇ ਗਾਉਂਦੇ ਨੇ ਮੈਨੂੰ ਲੱਗਦਾ ਜਿੱਦਾਂ ਮੇਰੇ ਬੜੇ ਭਾਈ ਸਾਹਿਬ ਨੇ ਫਰੋਜ਼ ਖਾਨ ਸਾਹਿਬ ਅਖਤਰ ਅਲੀ ਮਤਵੀ ਸਾਹਿਬ ਹੈਗੇ ਨੇ ਹੋਰ ਬਹੁਤ ਸਾਰੇ ਮੇਰੇ ਮਿੱਤਰ ਨੇ ਉਹ ਘਾਟ ਹੀ ਬੌਂਸਰ ਰੱਖਦੇ ਨੇ ਵੈਸੇ ਜਿਹਦੇ ਪੱਲੇ ਗਾਇਕੀ ਆ ਮੈਨੂੰ ਲੱਗਦਾ ਬੌਂਸਰ ਰੱਖਦਾ ਹੀ ਨਹੀਂ ਬੰਦਾ ਉਹ ਨਹੀਂ ਪਤਾ ਕੀ ਮੈਂ ਪਤਾ ਹੀ ਉਸ ਟਾਈਮ ਬੱਚਾ ਸੀਗਾ ਵੀ ਜਾਂ ਇੱਕ ਸ਼ੌਂਕ ਆ ਜਾਂ ਸੀ ਕਿ ਯਾਰ ਕਿ ਮੈਂ ਵੀ ਸਿੰਗਰ ਬਣਾ ਕਿ ਇਦਾਂ ਦੀ ਲਾਈ ਬਾਉਂਸਰ ਤਾਂ ਉਹ ਤਾਂ ਇੱਕ ਇੱਕ ਸ਼ੋਸ਼ਾ ਹੀ ਹੁੰਦਾ ਇਹ ਹੁਣ ਕਿਹੜਾ ਕੋਈ ਕਿਸੇ ਨੂੰ ਗੋਲੀ ਮਾਰ ਦਿੰਦਾ ਸਾਰੇ ਪਿਆਰ ਕਰਨ ਵਾਲੇ ਹੁੰਦੇ ਨੇ ਹੂੰ ਹੂੰ ਜੋ ਤੁਹਾਨੂੰ ਸਰੋਤਿਆਂ ਤੁਹਾਨੂੰ ਬਣਾ ਰਹੇ ਆ ਭਈ ਸਰੋਤਿਆਂ ਤੋਂ ਬਾਉਂਸਰ ਰੱਖਣੀ ਚਾਹੀਦੀ ਮੇਰੀ ਤਾਂ ਸੋਚ ਇਹ ਹੈ ਬਾਕੀ ਗੱਲ ਇਹ ਹੈ ਭਈ ਜਦੋਂ ਬੰਦਾ 스타ਰ ਬਣ ਜਾਂਦਾ ਫਿਰ ਲੋਕੀ ਵੀ ਕੱਪੜੇ ਪਾੜਨ ਨੂੰ ਨਹੀਂ ਹਟਦੇ ਹੈਗੇ ਲੋਕੀ ਵੀ ਹਟਦੇ ਨਹੀਂ ਹੈਗੇ ਫਿਰ ਉਹ ਫਿਰ ਮਜਬੂਰੀ ਬਣ ਜਾਂਦੀ ਹੈ ਗਾਇਕਾਂ ਦੀ ਬਾਉਂਸਰ ਰੱਖਣਾ ਮਜਬੂਰੀ ਬਣ ਜਾਂਦੀ ਹੁੰਦੀ ਹੈ ਬਿਲਕੁਲ ਜੀ ਬਿਲਕੁਲ ਫਿਰ ਤੁਸੀਂ ਜਦੋਂ ਕਮਲ ਖਾਨ ਨੂੰ ਤੁਸੀਂ ਉਸਤਾਦ ਧਾਰਿਆ ਕਦੇ ਉਸਤਾਦ ਤੁਹਾਡਾ ਮੇਲ ਮਿਲਾਪ ਹੋਇਆ ਕਮਲ ਖਾਨ ਨਾਲ ਮੇਲ ਮਿਲਾਪ ਇਹ ਤੁਹਾਡੇ ਦੀਦਾਰ ਕਰਕੇ ਹੋਇਆ ਜੀ ਆਪਣੇ ਸ਼ਹਿਰ ਫਿਰੋਜ਼ਪੁਰ ਦੇ ਵਿੱਚ ਸ਼ੋਅ ਸੀਗਾ ਉਸ ਟਾਈਮ ਤੁਸੀਂ ਅਮਰੀਕਾ ਦੇ ਵਿੱਚ ਸੀ ਜੀ ਔਰ ਮੈਂ ਵੀ ਤੁਹਾਡੇ ਵੀਡੀਓ ਕਾਲ ਤੇ ਦਰਸ਼ਨ ਕੀਤੇ ਸੀ ਉਸਤਾਦ ਜੀ ਜੀ ਅੱਛਾ ਜਦੋਂ ਮੈਂ ਅਮਰੀਕਾ ਸੀ ਜੀ 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 ਮੈਂ ਉਸਤਾਦ ਜੀ ਹੁਣ ਨਾਲ ਉਦੋਂ ਗਿਆ ਸੀ ਉਦੋਂ ਮੇਰੇ ਦਰਸ਼ਨ ਹੋਏ ਸੀ ਅੱਛਾ ਉਦੋਂ ਬਾਅਦ ਤੁਸੀਂ ਦੱਸਿਆ ਤੁਸੀਂ ਉਹਨਾਂ ਨੂੰ ਕਿ ਮੈਂ ਤੁਹਾਨੂੰ ਫੋਲੋ ਕਰਦਾ ਮੈਂ ਚਲੋ ਜ਼ਿਕਰ ਕਰਦਾ ਮਤਲਬ ਕਿ ਉਹਨਾਂ ਨੂੰ ਪਤਾ ਯਾ ਕਿਉਂਕਿ ਮੈਂ ਵੌਇਸ ਤੋਂ ਪੰਜਾਬ ਦੇ ਵਿੱਚ ਕਿ ਮੇਰਾ ਸੁਪਨਾ ਨਹੀਂ ਸੀ ਕਿ ਮੈਂ ਜਾਮਾ ਜਾਮਾ ਕਿਤੇ ਇਦਾਂ ਕੁਝ ਵੀ ਕਰਾਂ ਮੈਨੂੰ ਐਸਆਰਬੀ ਕੋਈ ਨਾ ਕੋਈ ਰਿਆਜ਼ ਕਰਦੇ ਆ ਗਾਣਾ ਗੋਣਾ ਹਿੱਟ ਹੋ ਜਾਊਗਾ ਬਸ ਠੀਕ ਹੈ ਵੀ ਇਦਾਂ 스타 ਨੂੰ ਮਿਲਾਂਗੇ ਪਰ ਮੈਂ 2050 ਅਸੀਂ ਘਰੇ ਮੈਂ ਸੁੱਤਾ ਪਿਆ ਸੀ ਮੈਨੂੰ ਮੇਰੇ ਫਰੈਂਡ ਦਾ ਫੋਨ ਆਇਆ ਕਹਿੰਦਾ ਯਾਰ ਕਮਲ ਆਪਾਂ ਇਦਾਂ ਕਰਕੇ ਆਡੀਸ਼ਨ ਦੇਣਾ ਆ ਇਹ ਤੁਹਾਡਾ ਮੈਂ ਤੁਹਾਨੂੰ ਟੋਕ ਰਿਹਾ ਤੁਹਾਡੀ ਗੱਲ ਤੋਂ ਤੁਹਾਡਾ ਨਾਂ ਬਕਾਇਦਾ ਦੀਪ ਕਮਲ ਆ ਜਾਂ ਤੁਸੀਂ ਬਾਅਦ ਵਿੱਚ ਕਮਲ ਖਾਨ ਤੋਂ ਮਿਲਣ ਤੋਂ ਬਾਅਦ ਕਮਲ ਨਾਲ ਜੋੜਿਆ ਮੇਰਾ ਜਿਹੜਾ ਅਫੀਸ਼ੀਅਲ ਨਾਮ ਹੈ ਜੀ ਰੀਅਲ ਨਾਮ ਮੇਰਾ ਘਰਦਿਆਂ ਤੇ ਰੱਖਿਆ ਹੋਇਆ ਉਹ ਨਾਮ ਹੈਗਾ ਦੀਪੂ ਸਿੰਘ ਜੀ ਦੀਪੂ ਸਿੰਘ ਹਾਂਜੀ ਅੱਛਾ ਔਰ ਮੈਂ ਵਾਇਸੋ ਪੰਜਾਬ ਚ ਜਦੋਂ ਆਇਆ ਸੀ ਔਰ ਸਚੀਨ ਭਾਜੀ ਨੇ ਮੇਰਾ ਨਾਮ ਦੀਪੂ ਤੋਂ ਦੀਪਕਮਲ ਕਰਤਾ ਮੇਰੇ ਉਸਤਾਦ ਜੀ ਉਹਨਾਂ ਦਾ ਨਾਮ ਮੇਰੇ ਨਾਮ ਦੇ ਨਾਲ ਜੋੜਤਾ ਉਹਨਾਂ ਨੇ ਦੇਖਿਆ ਵੀ ਉਹ ਥੋੜੇ ਬਹੁਤ ਹੀ ਗੱਲਬਾਤ ਬਣਦੀ ਤੁਹਾਡੀ ਉਹਨਾਂ ਨਾਲ ਕਿਹੜੇ ਸੀਜ਼ਨ ਤੁਸੀਂ ਗਏ ਵਾਇਸੋ ਪੰਜਾਬ ਸੀਜ਼ਨ 13 ਚ ਗਏ ਸੀ 13 ਚ ਗਏ ਹੋ ਅੱਛਾ ਹਾਂਜੀ ਤੇ ਮਤਲਬ ਤੁਸੀਂ ਉੱਥੇ ਵਾਇਸੋ ਪੰਜਾਬ ਚ ਗਏ ਕਿੰਨੇਵੇਂ ਰਾਊਂਡ ਚ ਤੁਸੀਂ ਬਾਹਰ ਹੋਏ ਹੋ ਬਾਹਰ ਨਹੀਂ ਹੋਇਆ ਜੀ ਮੈਂ ਮਤਲਬ ਕਿ ਜਿੱਤਣ ਵਾਲਾ ਕੰਮ ਸੀ ਟੌਪ 4 ਸੀਗਾ ਜੀ ਅੱਛਾ ਟੌਪ 4 ਚ ਸੀਗੇ ਤੁਸੀਂ ਜੀ 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 ਓਕੇ ਫਿਰ ਅੱਛਾ ਕਹੋਨੇ ਬਸ ਤੁਹਾਡੀ ਮੈਂ ਕਾਫੀ ਤੁਹਾਡੇ ਤੁਹਾਡੇ ਮੇਰੇ ਬੱਚੇ ਨੇ ਉਹ ਜਿਹੜੇ ਰੈਮੂ ਖਾਨ ਹੁਣੀ ਹੈਗੇ ਉਹਨਾਂ ਨੇ ਕਾਫੀ ਤੁਹਾਡੀ ਤਾਰੀਫਾਂ ਵੀ ਕੀਤੀਆਂ ਹੈਗੀਆਂ ਵੀ ਮੁੰਡਾ ਵਧੀਆ ਗਾਉਂਦਾ ਹੈ ਨਾ ਉਸ ਤੋਂ ਬਾਅਦ ਫਿਰ ਹੁਣ ਤੁਸੀਂ ਚੰਡੀਗੜ੍ਹ ਸ਼ਿਫਟ ਹੋ ਗਏ ਹੋ ਚੰਡੀਗੜ੍ਹ ਹਾਂਜੀ ਚੰਡੀਗੜ੍ਹ ਸ਼ਿਫਟ ਹੋ ਗਏ ਹੋ ਤੇ ਬੇਸਿਕਲੀ ਤੁਸੀਂ ਹਰਿਆਣੇ ਤੋਂ ਬੇਸਿਕਲੀ ਮੇਰਾ ਜਿਹੜਾ ਜਨਮ ਹੈ ਮੇਰੇ ਦਾਦੇ ਹੁਣੀ ਮੇਰੇ ਡੈਡ ਹੁਣੀ ਜਿਹੜੇ ਰਹਿੰਦੇ ਨੇ ਉਹ ਹਰਿਆਣੇ ਵਿੱਚ ਰਹਿੰਦੇ ਨੇ ਹਮਮ ਔਰ ਇਸ ਟਾਈਮ ਮੈਂ ਆਪਣੇ ਸ਼ਹਿਰ ਉਤਤਲਵੰਡੀ ਭਾਈ ਰਹਿ ਰਹੇ ਹਾਂ ਜੀ ਨਹੀਂ ਤਲਵੰਡੀ ਭਾਈ ਨਾਲ ਕਿਵੇਂ ਤਾਰਾ ਥੋੜੀ ਜੁੜਦੀਆਂ ਨੇ ਫਿਰ ਤਲਵੰਡੀ ਭਾਈ ਨਾਲ ਵੀ ਸਾਡੇ ਅੱਧੇ ਜਿਹੜਾ ਪਰਿਵਾਰ ਆ ਉਹ ਸਾਰਾ ਅੱਧਾ ਇੱਧਰ ਰਹਿੰਦਾ ਹੀ ਅੱਛਾ ਤਲਵੰਡੀ ਵੀ ਰਹਿੰਦਾ ਕਰਕੇ ਤੇ ਮੈਂ ਇਹਨਾਂ ਕੋਲੇ ਰਹਿੰਦਾ ਜੀ ਤੁਸੀਂ ਤਲਵੰਡੀ ਭਾਈ ਰਹਿੰਦੇ ਹੋ ਅੱਛਾ ਅੱਛਾ ਤੇ ਉੱਥੇ ਵੀ ਕੋਈ ਮਤਲਬ ਕੋਈ ਕੇ ਸਿੱਖਣ ਦਾ ਹਾਰਮੋਨੀਅਮ বাজਾਣਾ ਨੇ ਤੁਸੀਂ ਨਹੀਂ ਵਜਾਉਂਦੇ ਹਾਰਮੋਨੀਅਮ ਨਹੀਂ ਮੈਂ ਪਲੇ ਕਰਦਾ ਜੀ ਉੱਥੇ ਵੀ ਮਤਲਬ ਕਿ ਇੱਕ ਹਰਿਆਣਾ ਵੀ ਚਲੋ ਸਿੰਗਰ ਹੈਗੇ ਨੇ ਪਰ ਉਹ ਪੰਜਾਬ ਵਾਲੀ ਰੀਸ ਨਹੀਂ ਹੈਗੀ ਹੂੰ ਪੰਜਾਬ ਦੇ ਵਿੱਚ ਬੜੇ ਸਰੇਲੇ ਫੰਕਾਰ ਲੋਕ ਰਹਿੰਦੇ ਨੇ ਪਰ ਇੱਥੋਂ ਆ ਕੇ ਮੈਂ ਜੇ ਹਰਿਆਣੇ ਦੇ ਵਿੱਚ ਹੁੰਦਾ ਮੈਂ ਤੁਹਾਡੇ ਸਾਹਮਣੇ ਨਹੀਂ ਸੀ ਬੈਠਾ ਹਣਾ ਜੀ ਅੱਛਾ ਪੰਜਾਬ ਪੰਜਾਬ ਦੇ ਵਿੱਚ ਆ ਕੇ ਮੈਂ ਜੋ ਵੀ ਰਤਬਾ ਹਾਸਲ ਕੀਤਾ ਆ ਵੀ ਮੇਰੀ ਕਪ ਪਾਵਰ ਨਹੀਂ ਕੋਈ ਮੇਰੀ ਘਾਤ ਨਹੀਂ ਕਿ ਮੈਂ ਤੁਹਾਡੇ ਨਾਲ ਹੀ ਬੈਠ ਸਕਾਂ ਤੇ ਪੰਜਾਬ ਦੇ ਵਿੱਚ ਆ ਕੇ ਮੈਨੂੰ ਲੋਕ ਪਿਆਰ ਕਰਨ ਲੱਗੇ ਆ ਜੀ ਹਾਂ ਆਰਮਸਟੇਜਾਂ ਦੇ ਗੌਣੇ ਤੁਸੀਂ ਫਿਰ ਹਾਂਜੀ ਹਾਂਜੀ ਜੀ ਲੋਕ ਬੁਲਾਉਂਦੇ ਨੇ ਪਿਆਰ ਵੀ ਕਰਦੇ ਬਿਲਕੁਲ ਜੀ ਬਿਲਕੁਲ ਬਹੁਤ ਪਿਆਰ ਦਿੰਦੇ ਨੇ ਜੀ ਤੇ ਉਹ ਜਿਹੜਾ ਜਦੋਂ ਤੁਹਾਨੂੰ ਪਿਆਰ ਮਿਲਦਾ ਤੁਸੀਂ ਗੌਣੇ ਹੋ ਉਹਦਾਂ ਉਹ ਉਤਸ਼ਾਹ ਮਿਲਦਾ ਫਿਰ ਤੁਹਾਨੂੰ ਬਸ ਉਹ ਉਤਸ਼ਾਹ ਕਰਕੇ ਤੁਰੇ ਫਿਰਦੇ ਆਂ ਅੱਛਾ ਜੀ 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 ਤੇ ਜ਼ਿਆਦਾਤਰ ਗਾਣੇ ਫਿਰ ਕਮਲ ਖਾਨ ਦੇ ਗਾਣੇ ਹੋ ਜਾਂ ਸਰਦੂਲ ਭਾਈ ਦੇ ਵੀ ਗਾਣੇ ਹੋ ਸਰਦੂਲ ਭਾਈ ਔਰ ਕਮਲ ਖਾਨ ਮਿਲਦਾ ਪਰ ਸਰਦੂਲ ਭਾਈ ਦੇ ਤਾਂ ਕਿਆ ਕੋਈ ਰੀਸ ਕਰ ਹੀ ਨਹੀਂ ਸਕਦਾ ਪਹਿਲੀ ਗੱਲ ਤਾਂ ਇਹਨੇ ਉਹ ਤਾਂ ਬੜੇ ਉਸਤਾਦ ਲੋਕ ਨੇ ਕਮਲ ਖਾਨ ਉਹ ਨਹੀਂ ਵੀ ਉਹ ਚਲ ਮੇਰੇ ਛੋਟਾ ਭਾਈ ਹੈ ਮੇਰਾ ਫਿਰ ਤੁਸੀਂ ਜ਼ਿਆਦਾਤਰ ਕਮਲ ਖਾਨ ਨੂੰ ਹੀ ਗਾਉਂਦੇ ਸਟੇਜਾਂ ਤੇ ਵੀ ਮੈਂ ਸ਼ੁਰੂ ਤੋਂ ਮੇਰਾ ਸਟਾਰਟ ਜਿਹੜਾ ਉਸਤਾਦ ਜੀ ਹੋਂ ਤੋਂ ਹੋਇਆ ਕਮਲ ਖਾਨ ਸਾਹਿਬ ਤੋਂ ਦੂਸਰੇ ਨੰਬਰ ਤੇ ਮੈਂ ਸਰਦੂਲ ਸਾਹਿਬ ਨੂੰ ਵੀ ਬਹੁਤ ਜ਼ਿਆਦਾ ਸੁਣਿਆ ਫਿਰੋਜ਼ ਖਾਨ ਨੂੰ ਵੀ ਸੁਣਿਆ ਵੀ ਸਾਰੇ ਜਿੰਨੇ ਵੀ ਸਰੀਂਗ ਉਸਰੀਲੇ ਸਿੰਗਰ ਨੇ ਸਾਰਿਆਂ ਨੂੰ ਮੈਂ ਬਹੁਤ ਸੁਣਿਆ ਜੀ ਪਰ ਮੇਨ ਉਹ ਉਸਤਾਦ ਜੀ ਹੋਣੀ ਜਿੱਦਾਂ ਕਮਲਖਾਨ ਸਾਹਿਬ ਹੋ ਗਿਆ ਜਨਾਬ ਉਸਤਾਦ ਸਰਦੂਲ ਸਿਕੰਦਰ ਸਾਹਿਬ ਹੋ ਗਿਆ ਇਹਨਾਂ ਨੂੰ ਸੁਣਿਆ ਜੀ ਅੱਛਾ ਤਾਂ ਸੁਣਾਓ ਤਾਂ ਕੋਈ ਹੋਰ ਗੱਲਬਾਤ ਕਮਲਖਾਨ ਸਾਹਿਬ ਦੀ ਜਿਹੜੀ ਤੁਸੀਂ ਵਾਇਸਓਪ ਪੰਜਾਬ ਜਗਾਈ ਸੀ ਉਹ ਸੁਣਾਓ ਫਿਰ ਠੀਕ ਹੈ ਜ਼ਿੰਦਗੀ ਭਰ ਦੇ ਸਾਥ ਨਿਭਣਗੇ ਤੇ ਰਗੀ ਗੱਲ ਅਧੂਰੀ ਓ ਯਾਰਾਂ ਨਾਲ ਯਾਰ ਵਿਚੜ ਗਏ ਵਿਚ ਦਿਲਾ ਦੇ ਪੈ ਗਈ ਦੂਰੀ ਯਾਰ ਵਿਚੜੇ ਯਾਰਾਂ ਤੋਂ ਜਿੰਦੇ ਮੇਰੀਏ ਯਾਰ ਵਿਚੜੇ ਯਾਰਾਂ ਤੋਂ ਜਿੰਦੇ ਮੇਰੀਏ ਪਤਾ ਨਹੀਂ ਕਦੋਂ ਮਿਲ ਹੁਣਗੇ ਯਾਰੀਆਂ ਦੀ ਨਹੀਂ ਓਖਾਈ ਦੀ ਕਸਮ ਸੋਹਣਿਆ ਓ ਜਾਨੋ ਪਿਆਰਿਆਂ ਦੀ ਨਹੀਂ ਓਖਾਈ ਦੀ ਕਸਮ ਸੋਹਣਿਆ ਯਾਰੀਆਂ ਦੀ ਨਹੀਂ ਓਖਾਈ ਦੀ ਕਸਮ ਸੋਹਣਿਆ ਥੈਂਕ ਯੂ ਬਹੁਤ ਗੂਡ ਬਹੁਤ ਗੂਡ ਥੈਂਕ ਯੂ ਇਹ ਤੁਸੀਂ ਮਤਲਬ ਹੁਣ ਤੁਸੀਂ ਕਹਿੰਦੇ ਮੈਂ ਉਸਤਾਦ ਕੋਈ ਧਾਰਿਆ ਨਹੀਂ ਹੈਗਾ ਫਿਰ ਰਿਆਜ਼ ਕਿਵੇਂ ਗਾਣੇ ਸੁਣ ਕੇ ਹੀ ਕਰਦੇ ਹੋ ਫਿਰ ਗਾਣੇ ਸੁਣ ਕੇ ਹੀ ਕਰਦਾ ਜੀ ਬਸ ਮੇਰੀਆਂ ਇਹ ਗੱਲਾਂ ਤੇ ਯਕੀਨ ਨਹੀਂ ਕਰਦੇ ਕੋਈ ਨਹੀਂ ਨਹੀਂ ਯਕੀਨ ਤਾਂ ਕਮਲ ਖਾਨ ਵੀ ਵੈਸੇ ਤਾਂ ਹੈਵੀ ਮਣੇ ਨਹੀਂ ਉਹ ਉਹਨਾਂ ਦੇ ਵੀ ਨਹੀਂ ਉਸਤਾਦ ਸੀਗੇ ਕੋਈ ਵੀ ਅ ਤੁਹਾਡੇ ਤੁਸੀਂ ਕਹਿੰਦੇ ਮੇਰੇ ਖੂਨ ਚ ਗਾਇਕੀ ਹੈ ਨਹੀਂ ਸੀ ਮੇਰੇ ਪਰਿਵਾਰ ਚ ਗਾਇਕੀ ਹੈ ਨਹੀਂ ਸੀ ਪਰ ਇੰਨਾ ਸੁਰੀਲਾ ਤੁਸੀਂ ਕਿਵੇਂ ਕਿਵੇਂ ਬਣ ਲੋ ਮਤਲਬ ਕਿ ਮੈਂ ਸਟਾਰਟਿੰਗ ਤੋਂ ਫਰਿਚਰ ਦਾ ਕੰਮ ਕਰਦਾ ਸੀ ਬਾਈ ਜੀ ਮਤਲਬ ਕਿ ਜ਼ਿੰਦਗੀ ਦੇ ਵਿੱਚ ਹਰ ਇੱਕ ਕੰਮ ਕੀਤੇ ਨੇ ਜੀ ਪਰ ਮੈਨੂੰ ਇੱਕ ਸ਼ੌਂਕ ਹੁੰਦਾ ਸੀ ਮੈਡਫੋਨ ਲਾ ਕੇ ਗਾਣੇ ਬਹੁਤ ਸੁਣਦਾ ਸੀ ਹੂੰ ਤੇ ਅੱਜ ਵੀ ਚਲੋ ਸੁਣਦੇ ਆ ਪਰ ਉਹ ਗਾਣਿਆਂ ਨਾਲ ਨਾਲ ਮੈਂ ਹੈੱਡਫੋਨ ਦੇ ਨਾਲ ਨਾਲ ਗਾਉਂਦਾ ਹੁੰਦਾ ਸੀਗਾ ਫਿਰ ਮੈਨੂੰ ਕਈ ਬੰਦੇ ਕਹਿੰਨ ਲੱਗੇ ਯਾਰ ਤੇਰੀ ਆਤ ਪੈ ਜਾਣੀ ਹੈ ਜੇ ਤੂੰ ਸਿੰਗਰ ਬਣਨਾ ਤੇ ਹੈੱਡਫੋਨ ਲਾ ਕੇ ਗਾਇਆ ਕਰ ਹੂੰ ਬਿੰਨੀ ਤਾਂ ਤੂੰ ਹੈੱਡਫੋਨ ਵਾਲਾ ਕਲਾਕਾਰ ਤੂੰ ਕਹਿਣ ਲੱਗ ਜਾਣਗੇ ਉਸ ਤੋਂ ਬਾਅਦ ਫਿਰ ਮੈਂ ਇਦਾਂ ਗਾਉਣ ਲੱਗ ਗਿਆ ਫਿਰ ਮੈਂ ਕਮਰੇ ਜਿੱਦਾਂ ਹਾਲ ਦੇ ਵਿੱਚ ਗਾਉਣ ਲੱਗ ਗਿਆ ਫਿਰ ਮੈਨੂੰ ਆਪਣੇ ਆਪ ਨੂੰ ਮਜ਼ਾ ਆਉਣ ਲੱਗਾ ਕਿ ਯਾਰ ਕਿਤਨੇ ਕਿਤੇ ਗੱਲਾਂ ਬਦਲਦੀ ਹੈ ਫਿਰ ਮੈਂ ਉਹ ਵੌਇਸ ਨੋਟ ਵੀ ਜਿੱਦਾਂ ਅੱਜ ਕੱਲ ਮੁੰਡੇ ਕੁੜੀਆਂ ਵੀਡੀਓ ਪਾਉਂਦੇ ਨੇ ਮੈਂ ਇੱਕ ਆਡੀਓ ਰਿਕਾਰਡ ਕਰਕੇ ਵਟਸਐਪ ਤੇ ਸਾਰ ਤੇ ਉਹ ਬੰਦੇ ਮੇਰੇ ਘਰ ਦੇ ਹੀ ਹੁੰਦੇ ਸੀ ਉਹ ਕਹਿੰਦੇ ਵਧੀਆ ਗਾਉਂਦਾ ਐ ਇਦਾਂ ਗਾਉਂਦਾ ਐ ਉਸ ਤੋਂ ਬਾਅਦ ਫਿਰ ਮੈਂ ਵੀਡੀਓ ਪਾਉਣੀ ਸ਼ੁਰੂ ਕਰ ਦਿੱਤੀ ਹੱਲਾਸ਼ੀਰੀ ਮਿਲ ਗਈ ਬਿਲਕੁਲ ਹੱਲਾਸ਼ੀਰੀ ਤੋਂ ਬਾਅਦ ਚੱਲ ਪਿਆ ਹੀ ਗਾਣਾ ਕੰਮ ਚੱਲ ਪਿਆ ਤੁਹਾਡਾ ਬਿਲਕੁਲ ਬਿਲਕੁਲ ਠੀਕ ਹੈ ਹੈੱਡਫੋਨ ਉਹ ਕਹਿੰਦੇ ਨੇ ਵੀ ਉਸਤਾਦ ਲੋਕ ਕਹਿੰਦੇ ਨੇ ਵੀ ਜਿਹਦੇ ਕੰਨ ਸੁਰੀਲੇ ਨੇ ਉਹ ਬੰਦਾ ਵਾਕਿਆ ਸੁਰੀਲਾ ਹੁੰਦਾ ਪਹਿਲੇ ਕੰਨ ਸੁਰੀਲੇ ਸੁਣਨ ਵਾਲਾ ਪਹਿਲਾ ਬੰਦਾ ਵਧੀਆ ਹੋਣਾ ਚਾਹੀਦਾ ਜਿਹੜਾ ਜਿਹੜਾ ਬੰਦਾ ਵਧੀਆ ਸੁਣਦਾ ਉਹ ਫਿਰ ਆਟੋਮੈਟਿਕ ਸੁਰੀਲਾ ਹੋ ਜਾਂਦਾ ਹੈ ਨਾ ਬਿਲਕੁਲ ਜੀ ਬਿਲਕੁਲ ਮੈਂ ਸੁਰੀਲੇ ਹੀ ਗਾਣੇ ਸੁ ਕਿੰਨਾ ਚਿਰ ਰਿਆਜ ਕਰਦੇ ਹੋ ਅੱਜਕੱਲ ਰਿਆਜ ਮਤਲਬ ਕਿ ਅਸੀਂ ਜੈਮਿੰਗ ਜਦੋਂ ਸ਼ੋਅ ਚੱਲ ਰਹੇ ਜੈਮਿੰਗ ਕਰਦੇ ਆਂ ਹੀ ਰਿਆਜ ਕਰਨੇ ਦਾ ਟਾਈਮ ਨਹੀਂ ਮਿਲਦਾ ਸਹੀ ਗੱਲ ਤੁਸੀਂ ਬਸ ਜੈਮਿੰਗ ਕਰਦੇ ਆਂ ਜੈਮਿੰਗ ਕਰਦੇ ਹੋ ਦੋ ਤਿੰਨ ਘੰਟੇ ਸੀ ਲਾ ਦਿੰਨੇ ਹੁੰਦੇ ਆ ਮਤਲਬ ਕਿ ਉਹ ਵੀ ਸਾਡਾ ਰਿਆਜ ਹੀ ਆ ਤੇ ਹੁਣ ਤੁਸੀਂ ਸਾਜਣ ਨਾਲ ਵੀ ਰਿਆਜ ਕਰਦੇ ਹੋ ਜਾਂ ਸਾਜਣ ਨਾਲ ਵੀ ਰਿਆਜ ਕਰਦੇ ਹੋ ਅੱਛਾ ਜਣਾ ਕਰਦੇ ਹੋ ਹਾਂ ਜੀ ਮਤਲਬ ਸ਼ੋਅ ਭਗਤਾਂ ਤੇ ਜਾਂਦੇ ਹੋ ਤੁਸੀਂ ਬਿਲਕੁਲ ਜੀ ਬਿਲਕੁਲ ਕੀ ਕੋਰਸ ਕਰਦੇ ਹੋ ਜਾਂ ਸਿੱਧਾ ਗਾਉਂਦੇ ਹੋ ਕੋਰਸ ਵੀ ਕਰਦੇ ਆ ਹੂੰ ਕੋਰਸ ਕਿਹਨਾ ਕਰਦੇ ਹੋ ਕੋਰਸ ਕੋਈ ਵੀ ਸਿੰਗਰ ਮਿਲ ਜਾਂਦਾ ਇਹੀ ਚੱਲੇ ਜਾਂਦੇ ਜੀ ਕੰਮ ਵੀ ਮਤਲਬ ਕਿ ਕਰਦੇ ਆ ਚੰਡੀ ਕੜ ਦੇ ਵਿੱਚ ਮੇਨ ਸਾਡਾ ਮਕਸਦ ਕੰਮ ਹੀ ਹੈ ਹੂੰ ਕੰਮ ਤੋਂ ਬਾਹਰ ਅਸੀਂ ਆਪਣਾ ਕੰਮ ਕਰਦੇ ਆ ਆਪਣਾ ਕੰਮ ਕਰਦੇ ਆ ਇਹਦੇ ਚਾਰ ਪੈਸੇ ਬਣਦੇ ਕਿ ਨਹੀਂ ਬਣਦੇ ਚਾਰ ਪੈਸੇ ਬਣਦੇ ਆ ਜੀ ਕਈ ਵਾਰੀ ਤਾਂ ਸਮਾਂ ਇਦਾਂ ਦਾ ਹੁੰਦਾ ਆ ਰੋਟੀ ਵੀ ਨਸੀਬ ਹੁੰਦੀ ਪਰ ਮੈਂ ਹੁਣ ਸੌ ਖਾਦੀ ਹੋਈ ਆ ਕਿ ਮੈਂ ਘਰੇ ਨਹੀਂ ਜਾਣਾ ਜੀ ਅੱਛਾ ਤੁਹਾਡੇ ਤੱਕ ਮੈਂ ਆਇਆ ਮੈਨੂੰ ਪਤਾ ਮੈਂ ਕਿੱਦਾਂ ਆਇਆ ਅੱਛਾ ਔਰ ਜਿਨ੍ਹਾਂ ਦਾ ਵੀ ਜਿਨ੍ਹਾਂ ਨੇ ਮੈਨੂੰ ਕਰਾਇਆ ਕਰੋਇਆ ਇਹ ਸਭ ਕੁ ਉਹ ਬੀਮਲ ਕੀ ਬੜਾ ਸਮਾਂ ਚੱਲ ਰਿਹਾ ਪਰ ਲੱਗੇ ਹੋਏ ਆ ਹੂੰ ਮਿਹਨਤ ਲੱਗੇ ਹੋਏ ਆ ਬਿਲਕੁਲ ਜੀ ਪਰ ਮਿਹਨਤ ਦਾ ਫਲ ਮਿਲ ਜਾਂਦਾ ਹੁੰਦਾ ਉਹ ਦਿਨ ਸਵੇਰ ਮਿਲ ਜਾਂਦਾ ਮਿਲ ਜਾਂਦਾ ਜੀ ਜ਼ਰੂਰ ਮਿਲ ਜਾਂਦਾ ਬਸ ਉਹਦੇ ਹੌਂਸਲੇ ਕਰਕੇ ਲੱਗੇ ਹੋਏ ਆ ਵੀ ਯਾਰ ਕੋਈ ਨਾ ਕੋਈ ਰੋਜ਼ ਕੋਈ ਨਾ ਕੋਈ ਨਵੀਂ ਗੱਲ ਬਣਦੀ ਆ ਵੀ ਯਾਰ ਕਰੇ ਰਹਿਣ ਚ ਕੋਈ ਫਾਇਦਾ ਨਹੀਂ ਇਸ ਕਰਕੇ ਅਸੀਂ ਬਾਹਰ ਸ਼ੁਰੂ ਤੋਂ ਮੈਂ ਚੰਡੀ ਖੜੀ ਰਿਹਾ ਜੀ ਨਹੀਂ ਹੁਣ ਮਤਲਬ ਉਮੀਦ ਕੀ ਆਸ ਕੀ ਹੈ ਮੈਨੂੰ ਤੁਹਾਨੂੰ ਆਸ ਕੀ ਕੁਛ ਕਰਨਾ ਜੀ ਲਾਈਫ ਦੇ ਵਿੱਚ ਦੇ ਘਰੋਂ ਬਾਹਰ ਨਿਕਲਣਾ ਗਾਇਕੀ ਦੇ ਵਿੱਚ ਕਰਨਾ ਬਿਲਕੁਲ ਜੀ ਅੱਛਾ ਗਾਇਕੀ ਦੇ ਵਿੱਚ ਕਰਨਾ ਹੈ ਮੇਰਾ ਸੁਪਨਾ ਹੈ ਕਿ ਮੇਰੇ ਫਿਲਮਾਂ 'ਚ ਗਾਣੇ ਹੋਣ ਜੀ ਹੂੰ ਔਰ ਦੇਨ ਦੇ ਵਿੱਚ ਇੱਕਦੋ ਪ੍ਰੋਗਰਾਮ ਹੋਣ ਵੀ ਲੋਕ ਜਾਣ ਹੂੰ ਬਸ ਇਹ ਮੇਰਾ ਸੁਪਨਾ ਹੈ ਜੀ ਕਿ ਵੀ ਕਰਦਿਆਂ ਨੂੰ ਸੈਟਲ ਕਰਨਾ ਜੀ ਜਦ ਕਿ ਅ ਅੱਜਕਲ ਦੀਪ ਜਿਹੜੀ ਇਹ ਗਾਇਕੀ ਲਾਈਨ ਹੈ ਨਾ ਇਹ ਬੜੀ ਮਹਿੰਗੀ ਲਾਈਨ ਹੈ ਤਾਂ ਤੁਸੀਂ ਗਾਣਾ ਇੱਕ ਕੱਢਣਾ ਹੋਵੇ ਤਾਂ ਮਤਲਬ ਤੁਹਾਡਾ ਘੱਟੋ-ਘੱਟ ਵੀ ਜੇ ਬਜਟ 5 ਲੱਖ ਰੁਪਈਆ ਦਾ ਬਣਦਾ ਹੈ ਨਾ ਜੀ ਜੀ ਔਰ ਆਮ ਬੰਦਾ ਗਾਇਕ ਬਣ ਨਹੀਂ ਸਕਦਾ ਜਾਂ ਗਾਣਾ ਕਾਢ ਨਹੀਂ ਸਕਦਾ ਤਾਂ ਆਪਣੇ ਸ਼ੌਂਕ ਪੂਰੇ ਕਰ ਲੇ ਅਲੱਗ ਕਰ ਲੈ ਪਰ ਗਾਣਾ ਤੱਕੜਾ ਬਹੁਤ ਮੁਸ਼ਕਲ ਹੈ ਬਿਲਕੁਲ ਜੀ ਬਿਲਕੁਲ ਇਸ ਕਰਕੇ ਅਸੀਂ ਨਾਲ ਨਾਲ ਕੰਮ ਕਰੀ ਜਨੇ ਆ ਜੀ ਹੂੰ ਕੰਮ ਵੀ ਕਰੀ ਜਨੇ ਨਾਲ ਕਿਤਨੇ ਕਿਤੇ ਚਲੋ ਮਾਲਕ ਬਾ ਫੜ ਗਏ ਇਹ ਟਾਰਗੇਟ ਮਤਲਬ ਕਿ ਕਿੰਨੇ ਚਿਰ ਬਾ ਤੁਸੀਂ ਇੱਕ ਗਾਣਾ ਕਰਨ ਦੀ ਸੋਚ ਰਹੇ ਹੋ ਇਹ ਟਾਰਗੇਟ ਤਾਂ ਕੋਈ ਨਹੀਂ ਹੈ ਜੀ ਪਰ ਇਹਨਾ ਕਿ ਹੋਊਗਾ ਜ਼ਰੂਰ ਜੀ ਜਦੋਂ ਕਲਿਕ ਹੋਗੀ ਉਦੋਂ ਕਰਾਂਗੇ ਕਰਾਂਗੇ ਜ਼ਰੂਰ ਵੀ ਲੱਗੇ ਹੋਏ ਆ ਇਹਨੋਂ ਹੋਵੇ ਕੱਲ ਨੂੰ ਦੀਪ ਕਮਲ ਸਟਾਰ ਬਣ ਜੇ ਤਾਂ ਫਿਰ 20 20 ਬੌਂਸਰ ਨਾਲ ਲੈ ਕੇ ਵੀ ਪਛਾਣੇ ਵੀ ਨਾ ਸਾਨੂੰ ਨਹੀਂ ਨਹੀਂ ਭਾਜੀ ਇਹ ਤਾਂ ਜੇ ਮੈਂ ਤੁਹਾਡੇ ਮੈਂ ਬਾਰ ਬਾਰ ਇਹੀ ਗੱਲ ਕਹੀ ਨਾ ਕਿ ਤੁਹਾਡਾ ਅਸ਼ੀਰਵਾਦ ਹੈ ਤੁਹਾਡਾ ਬਿਡੱਪਣ ਤੁਸੀਂ ਪਿਆਰ ਕਰਦੇ ਹੋ ਤੁਸੀਂ ਮੈਨੂੰ ਸੱਧਿਆ ਹੈ ਇੱਥੇ ਮੈਂ ਬਹੁਤ ਭਾ ਗਾਣਾ ਤੇ ਕਰਮ ਵਾਲਾ ਮੰਨਦਾ ਨਹੀਂ ਆਪਣੇ ਆਪ ਨੂੰ ਔਰ ਬਹੁਤ ਬਹੁਤ ਥੈਂਕ ਯੂ ਰਮੂ ਭਾਈ ਦਾ ਰਮੂ ਖਾਨ ਦਾ ਔਰ ਜਿਨ੍ਹਾਂ ਦੀ ਬਦੌਲਤ ਮੈਂ ਤੁਹਾਡੇ ਰੂਪ ਰੂਹ ਹਾਂ ਜੀ ਸੁਣਾਓ ਤਾਂ ਕੋਈ ਹੋਰ ਗਾਣਾ ਸੁਣਾਓ ਚਲੋ ਮੈਂ ਤੁਹਾਨੂੰ ਸਰਦੂਸ ਸਾਹਿਬ ਦਾ ਸੁਣਾਉਂਦਾ ਹਾਂ ਤੇਰੇ ਪਿਆਰ ਦੀ ਸੋ ਮੈਨੂੰ ਨਿਰਭ ਮੈਨੂੰ ਭੁੱਲ ਜਾਵੇ ਭੁੱਲ ਜਾਵਾ ਜੇ ਮੈਂ ਤੈਨੂੰ ਭੁੱਲ ਜਾਵਾ ਜੇ ਮੈਂ ਤੈਨੂੰ ਹਾ ਸਿਰਖੇ ਗਿਰਵੀ ਲਵਾ ਕੇ ਗੁਠਾਵਹੀ ਤੇ ਹਾ ਸਿਰਖੇ ਗਿਰਵੀ ਲਵਾ ਕੇ ਗੁਠਾਵਹੀ ਤੇ ਕਦੋਂ ਅਸੀਂ ਭਜੇ ਦਸ ਗੱਲ ਤੇਰੀ ਕਹੀ ਤੇ ਕਦੋਂ ਅਸੀਂ ਭਜੇ ਦਸ ਗਲ ਤੇਰੀ ਕਹੀ ਤੇ ਹੰਝੂਆਂ ਦਾ ਦਿੱਤਾ ਹਏ ਹੰਝੂਆਂ ਦਾ ਦਿੱਤਾ ਸਿਰ ਕਰ ਜਾ ਚੜਾਏ ਤੂੰ ਫੁੱਲ ਜਾਵੇਂ ਤੇਰਾ ਆਪਣਾ ਸੁਭਾਏ ਤੂੰ ਫੁੱਲ ਜਾਵੇਂ ਤੇਰਾ ਆਪਣਾ ਸੁਭਾ। ਥੈਂਕ ਯੂ ਭਾਜੀ। ਤੇ ਕਿਹੜੇ-ਕਿਹੜੇ ਸਿੰਗਰ ਨੂੰ ਅਜੇ ਤੱਕ ਤੁਹਾਨੂੰ ਮਿਲਣ ਦਾ ਮੌਕਾ ਮਿਲਿਆ? ਅ ਵੋਇਸ ਆਫ ਪੰਜਾਬ 'ਚ ਜਦੋਂ ਮੈਂ ਆਇਆ ਸੀਗਾ ਜੀ ਉਦੋਂ ਮੈਂ ਸਾਰਿਆਂ ਨੂੰ ਮਿਲਿਆ ਸੀਗਾ ਮੈਂ। ਦਿੱਲੀ ਗਿਆ ਸੀ ਫਿਰ। ਨਹੀਂ ਇੱਥੇ ਚੰਡੀਗੜ੍ਹ ਆਇਆ ਸੀ। ਚੰਡੀਗੜ੍ਹ ਸੀ। ਅਡੇਸ਼ਨ ਚੰਡੀਗੜ੍ਹ ਤੁਹਾਡਾ। ਫਿਰੋਜ਼ ਖਾਨ ਸਾਹਿਬ ਨੂੰ ਮਿਲਿਆ ਜੀ। ਸਚਿਨ ਭਾਜੀ ਨੂੰ ਮਿਲਿਆ। ਹਮ। ਸਲੀਮ ਭਾਜੀ ਨੂੰ ਮਿਲਿਆ। ਹਮ। ਆਂਦਰ ਚਿੰਨਿਕੂ ਭਾਜੀ ਨੂੰ ਮਿਲਿਆ ਵੀ ਜਿੰਨੇ ਵੀ ਆਪਣੇ ਪੰਜਾਬ 'ਚ ਹਮ ਸਾਰਿਆਂ ਨੂੰ ਮਿਲਿਆ। ਉਹਨਾਂ ਨੂੰ ਤੁਸੀਂ ਆਪਣੇ ਗਾਣੇ ਸੁਣਾਏ ਫਿਰ? ਜੀ ਜੀ ਜੀ। ਕਿ ਜੇ ਬਾਨੀ ਬੜੀ ਠੋਡੀ ਮੁੰਡਾ ਵਧੀਆ ਗਾਉਂਦਾ ਚੱਲ ਸੀ ਤੇਰਾ ਕਰਦੇ ਆਂ ਪ੍ਰੋਜੈਕਟ ਕਰਦੇ ਆ ਜਾਂ ਕੋਈ ਦਿਨ ਅਸੀਂ ਗਾਣਾ ਦਿੰਨੇ ਆ ਤੂੰ ਗਾ ਬਾਂ ਸਚੀਨਪਾ ਨੇ ਫੜੀ ਸੀਗੀ ਜੀ ਮਤਲਬ ਕਿ ਫੜੀ ਹੋਈ ਹੈ ਵੀ ਗਾਣਾ ਸਾਡਾ ਇੱਕ ਹੋਇਆ ਪਿਆ ਉੱਥੇ ਅੱਛਾ ਤੁਸੀਂ ਗਾ ਗਾ ਚੁੱਕੇ ਹੋ ਗਾ ਕੇ ਹੋਏ ਹੋਏ ਆਂ ਜੀ ਡਬਿੰਗ ਹੋਈ ਹੋਈ ਔਰ ਸਰ ਬਿਜੀ ਜਲ ਰਹੇ ਨੇ ਜਦੋਂ ਵੀ ਪਰ ਮੈਂ ਉਹਨਾਂ ਨੂੰ ਖੁੱਤ ਨਹੀਂ ਫੋਨ ਕਰ ਸਕਦਾ ਡਰ ਜਾ ਲੱਗਦਾ ਇੱਕ ਤੁਹਾਨੂੰ ਹੀ ਮੈਂ ਬੜਾ ਸੋ ਸਮਝ ਕੇ ਫੋਨ ਕਰ ਦਿੰਦਾ ਸੀ ਤੇ ਪਰ ਜਦੋਂ ਫ੍ਰੀ ਹੋਣਗੇ ਮੈਨੂੰ ਕਾਲ ਕਰ ਲੈਣਗੇ ਕਰ ਲੈਣਗੇ ਉਹ ਬਾਕੀ ਮੈਂ ਮੈਸੇਜ ਤੇ ਸਾਡੀ ਗੱਲਬਾਤ ਹੁੰਦੀ ਰਹਿੰਦੀ ਹੈ ਹੁੰਦੀ ਰਹਿੰਦੀ ਸਚਨ ਭਾਈ ਜੀ 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 ਅੱਛੇ ਅੱਛੇ ਉਹ ਇੱਕ ਬਹੁਤ ਅੱਛੇ ਗੁਣੀਵਾਨ ਉਹ ਜਿਹੜੇ ਹੈਗੇ ਸੰਗੀਤ ਘਰਾਣੇ ਚੋਂ ਨੇ ਉਹ ਬਿਲਕੁਲ ਜੀ ਬਿਲਕੁਲ ਮਤਲਬ ਕਿ ਜਿੱਦਾਂ ਲੋਕ ਜਿੱਦਾਂ ਉਸਤਾਦ ਜੀ ਹੋਣਾਂ ਬਾਰੇ ਜਿੱਦਾਂ ਸਲੀਮ ਭਾਈ ਜੀ ਬਾਰੇ ਜਾਂ ਹਰ ਲੋਕਾਂ ਹਰ ਸਿੰਗਰ ਬਾਰੇ ਬੋਲਦੇ ਹਨਾ ਮਤਲਬ ਕਿ ਜਦੋਂ ਮੈਂ ਉਹਨਾਂ ਵਿੱਚ ਵਿਚਰੇ ਆ ਫਿਰ ਮੈਂ ਸੋਚਿਆ ਯਾਰ ਵੀ ਨਹੀਂ ਵੀ ਆਪਾਂ ਲੋਕਾਂ ਲੋਕਾਂ ਨੂੰ ਤਾਂ ਦੁਨੀਆ 'ਚ ਤਾਂ ਬੰਦਾ ਜਿੱਤ ਹੀ ਨਹੀਂ ਸਕਦੇ ਨਾ ਬਿਲਕੁਲ ਜੀ ਪਰ ਜਦੋਂ ਮੈਂ ਮਿਲਿਆ ਆ ਉਹਦੋਂ ਮੈਨੂੰ ਪਤਾ ਲੱਗਾ ਕਿ ਇਨਸਾਨ ਕਿਦਾਂ ਦੇ ਸਾਰੇ ਸਿੰਗਰ ਬੜੇ ਅੱਛੇ ਨੇ ਹੂੰ ਕੁਝ ਤੁਸੀਂ ਆਪਣੇ ਗਾਣੇ ਵੀ ਗਾਉਨੇ ਹੋ ਜਾਂ ਕਿਸੇ ਹੋਰ ਦਾ ਲਿਖਿਆ ਮਤਲਬ ਜਾਂ ਤੁਸੀਂ ਆਪ ਲਿਖਦੇ ਹੋ ਜਾਂ ਨਹੀਂ ਲਿਖਦੇ ਮੈਂ ਲਿਖਦਾ ਨਹੀਂ ਗਾ ਜੀ ਮਤਲਬ ਕਿ ਹੋਰ ਕਿਸੇ ਦਾ ਲਿਖਿਆ ਹੋਇਆ ਗਾਣਾ ਗਾਉਨੇ ਹੋ ਜਿਹੜੇ ਰਵਾਇਤੀ ਤੌਰ ਤੇ ਨਹੀਂ ਹਲੇ ਮਾਰਕੀਟ 'ਚ ਆਏ ਉਹਨਾਂ ਤੋਂ ਇਲਾਵਾ ਵੀ ਤੁਸੀਂ ਗਾਉਨੇ ਹੋ ਜਿਹੜੇ ਮਾਰਕੀਟ 'ਚ ਨਹੀਂ ਆਏ ਹੋਏ ਜੀ ਜਿਹਦਾ ਕਿਸੇ ਦਾ ਹੋਰ ਦਾ ਗਾਣਾ ਹਾਂ ਜੀ ਜੀ ਗਾਉਨੇ ਹੋ ਸਟੇਜ 'ਤੇ ਵੀ ਗਾਉਨੇ ਹੋ ਸਟੇਜ 'ਤੇ ਵੀ ਗਾਦ ਨਹੀਂ ਸੁਣਾਉ ਤਾਂ ਫਿਰ ਮੈਂ ਰਿੱਕੀ ਖਾਨ ਵੀਰੇ ਦਾ ਗਾਣਾ ਉਹ ਆਇਆ ਹੋਇਆ ਹੈ ਦ ਹੂੰ ਦੋ ਗੱਲਾਂ ਹੋ ਸਕਦੀਆਂ ਨੇ ਦੋ ਗੱਲਾਂ ਹੋ ਸਕਦੀਆਂ ਨੇ ਉਸ ਚੰਦਰੀ ਦੇ ਇਕ ਰਾਰ ਦੀਆਂ ਜਾਂ ਤਾਂ ਦੁਨੀਆਂ ਤੋਂ ਡਰਦੀ ਹੋ ਯਾ ਕਦਰਾਨੀ ਮੇਰੇ ਪਿਆਰ ਦੀਆਂ ਯਾ ਤਾਂ ਦੁਨੀਆ ਤੋਂ ਡਰਦੀ ਓ ਯਾ ਕਦਰਾਨੀ ਮੇਰੇ ਪਿਆਰ ਦੀਆਂ ਯਾ ਤਾਂ ਓਨੇ ਹੋਰ ਕੀਤੇ ਦਿਲ ਲਾਲਾ ਹੋਣਾ ਏ ਯਾ ਫਿਰ ਦੂਰ ਰਹਿਣ ਲਈ ਮਨ ਸਮਝਾਲਿਆ ਹੋਣਾ ਏ ਕਿਉਂ ਭੁੱਲ ਜਾਂਦੀ ਗੱਲਾਂ ਨਿਤ ਹੀ ਕਿਉਂ ਭੁੱਲ ਜਾਂਦੀ ਗੱਲਾਂ ਨਿਤ ਹੀ ਕਿਤੇ ਹੋਏ ਕਰਾਰ ਦੀਆਂ ਜਾਂ ਤਾਂ ਦੁਨੀਆ ਤੋਂ ਡਰਦੀ ਓ ਜਾਂ ਕਦਰਾਨੀ ਮੇਰੇ ਪਿਆਰ ਦੀਆਂ ਬੋਚ ਥੈਂਕ ਯੂ ਸੋਹਣਾ ਕੋਰੇ ਤੁਸੀਂ ਦੀਪ ਜੀ 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 ਫਿਊਚਰ ਤੁਹਾਡਾ ਤੁਸੀਂ ਮਤਲਬ ਗਾਇਕੀ ਹਿਊਚ ਦੇਖਦੇ ਹਾਂ ਬਸ ਮੈਂ ਇਹੀ ਥਾਣਾ ਹੋਇਆ ਜੀ ਹੈਗਾ ਕਿਤੇ ਮਤਲਬ ਸਟਾਰ ਬਣ ਜਾਣਾ ਉਮੀਦ ਹੈ ਕਿ ਪੂਰੀ ਮੈਨੂੰ ਪੂਰਾ ਕੰਫੀਡੈਂਸ ਹੈ ਜੀ ਮੈਂ ਇਹ ਚੀਜ਼ ਸੋਚਦਾ ਹਾਂ ਕਿ ਯਾਰ ਵੀ ਬਿਨਾ ਮਿਹਨਤ ਕਰਨ ਤੋਂ ਬਾਅਦ ਵੀ ਚਲੋ ਆਪਾਂ ਸੁਣ ਸੁਣ ਕੇ ਇੰਨੇ ਅੱਗੇ ਆ ਸਕਦੇ ਆ ਔਰ ਤੁਹਾਡੇ ਵਰਗੇ ਲੈਸਰਟ ਬੰਦੇ ਦੇ ਨਾਲ ਰੂਬਰੂ ਹੋ ਸਕਦੇ ਆ ਆਪਾਂ ਵੀ ਅੱਗੇ ਵੀ ਹੋ ਸਕਦਾ ਹੈ ਮਾਲਕ ਸਭ ਕੁਝ ਕਰ ਦਊਗਾ ਜੀ ਕਰ ਦਊਗਾ ਵੀ ਨੀਤਾ ਨੂੰ ਮਰਦਾਂ ਜੀ ਹੈਗਾ ਮੰਨ ਲਓ ਨਾ ਬਿਲਕੁਲ ਜੀ ਉਮੀਦ ਹੈਗੀ ਤੁਹਾਨੂੰ ਬਿਲਕੁਲ ਜੀ ਬਿਲਕੁਲ ਆ ਜਾਗੇ ਮੜ ਜਾਗੇ ਸਟਾਰ ਜੀ ਜੀ ਹੈ ਤੁਹਾਡੇ ਲੋਕਾਂ ਵਰਗੇ ਤੁਹਾਡੇ ਵਰਗੇ ਲੋਕਾਂ ਚ ਵਿਚਰਦਿਆਂ ਜੀ ਪਿਆਰ ਮਿਲਦਾ ਪਿਆਰ ਮਿਲਦਾ ਆਸ਼ੀਰਵਾਦ ਮਿਲਦਾ ਜੋ ਤੁਸੀਂ ਕੀਤਾ ਉਹ ਬਹੁਤ ਬੁੜੀਵਾਂ ਲੋਕ ਬੈਠੇ ਜੋ ਤੁਸੀਂ ਕੀਤਾ ਹੈ ਜੀ ਉਹ ਹੁਣ ਸਾਰੇ ਲੋਕ ਜਾਣਦੇ ਨੇ ਹੁਣ ਮੈਂ ਕਮ ਜਾ ਕੇ ਜਾ ਹੋ ਜਾਣਾ ਜੇ ਮੈਂ ਕਹੂੰਗਾ ਨਹੀਂ ਨਹੀਂ ਜਾਦਾ ਕੇਰੀ ਦਾ ਕੋਈ ਗੱਲ ਨਹੀਂ ਤਾਂ ਅੱਛੇ ਅੱਛੇ ਲੋਕ ਨੇ ਬਹੁਤ ਅੱਛੇ ਗੁੜੀਵਾਲ ਲੋਕ ਨੇ ਤੁਸੀਂ ਬੜੇ ਅੱਛੇ ਲੋਕਾਂ ਚ ਰਹੇ ਹੋ ਸੰਗਤ ਵੀ ਬਹੁਤ ਮਹਨਤ ਰਖਾਉਂਦੀ ਤੁਸੀਂ ਸੰਗਤ ਕਿਹੋ ਜਿਹੀ ਕਰਦੇ ਹੋ ਸੰਗਤ ਕਿਦਾਂ ਭਾਜੀ ਵੀ 뮤ዚਕਲੀ ਹਾਂ 뮤ዚਕਲੀ ਸੰਗਤ ਜਾਂ ਵੈਸੇ ਵੀ ਸੰਗਤ ਜਿਹੜੀ ਹੈਗੀ ਆ ਮਾਹੌਲ ਤੁਹਾਡਾ ਜਿਹੜਾ ਪਰਿਵਾਰਕ ਮਾਹੌਲ ਹੋਵੇ ਜਾਂ ਜਾਂ ਫਰੈਂਡ ਸਰਕਲ ਹੋਵੇ ਉਹ ਵੀ ਮਹਨਤ ਰਖਾਉਂਦਾ ਹੈ ਤੇ ਤੁਹਾਡਾ ਜਿਹੜਾ ਮੇਰਾ ਸੰਗਤ ਇਹ ਨੇ ਜੀ ਮਾਹੌਲ ਯਾਰਾਂ ਦੋਸਤਾਂ ਦੇ ਵੀ ਲਾਉਣਾ ਜਾਂ ਉਦਾਂ ਵੀ ਉਹ ਬਸ ਸਾਰੇ ਸਰੇਲੇ ਬਸ ਦੋ ਚਾਰ ਯਾਰ ਨੇ ਮੇਰੇ ਜੀ ਹੂੰ बस ਉਹ ਵੀ ਗੋਹਦੇ ਨੇ ਇਹ ਰੰਮੂ ਖਾਨ ਭਾਈ ਹੋ ਗਿਆ ਆਸ਼ੂ ਵੀਰ ਆ ਗਿਆ ਫਿਰੋਜ਼ਪੁਰ ਦੇ ਪਾਸੇ ਇਹਨਾਂ ਨੂੰ ਕਿਵੇਂ ਮਿਲੇ ਤੁਸੀਂ ਰੰਮੂ ਖਾਨ ਨੂੰ ਆਸ਼ੂ ਨੂੰ ਇਹਨਾਂ ਨੂੰ ਅਸੀਂ ਇਹ ਉਸਤਾਦ ਜੀ ਹੁਣਾ ਕਰਕੇ ਤੁਹਾਡੇ ਕਰਕੇ ਮਿਲੇ ਆਈ ਅਸੀਂ ਉਦੋਂ ਉਸਤਾਦ ਜੀ ਹੁਣੀ ਆਏ ਹੂੰ ਬਾਕੀ ਚਲੋ ਇਹ ਵੋਇਸ ਪੰਜਾਬ ਚੋਂ ਮੈਨੂੰ ਐਜ਼ ਅ ਫੈਨ ਜਾਣਦੇ ਸੀ ਹੂੰ ਚਲੋ ਉਸ ਦਿਨ ਮੈਨੂੰ ਰੂਬਰੂ ਵੀ ਅਸੀਂ ਇੱਕ ਦੂਜੇ ਦੇ ਹੋਏ ਪਰ ਅਸੀਂ ਨੰਬਰ ਲਏ ਗੱਲਬਾਤ ਕਰਦੇ ਰਹੇ ਹੂੰ ਫਿਰ ਜੀ ਖਾਨ ਭਾਈ ਆ ਰਹੇ ਹੁਣ ਅਗਲੇ 17 ਜੁਲਾਈ ਨੂੰ ਮੈਨੂੰ ਇਨਵਾਈਟ ਕੀਤਾ ਵੀ ਤੁਸੀਂ ਵੀ ਆਇਓ ਵੀ ਪੋਸਟਰ ਤੇ ਫੋਟੋ ਲਵਾਵਾਂਗੇ ਅੱਛਾ ਤੇ ਮੈਂ ਤਾਂ ਠੀਕ ਹੈ ਜਰੂਰ ਹਾਂ ਹਾਂਜੀ ਲੱਗੀ ਫੋਟੋ ਫਿਰ ਫੋਟੋ ਲੱਗੀ ਜਾਣੀ ਹੈ ਜੀ ਮੈਂ ਭੇਜੀ ਹੋਈ ਹੁਣ ਤੁਸੀਂ ਲਵਾਉਣ ਵਾਲੇ ਹੋ ਫੋਟੋ ਨਹੀਂ ਇਹ ਤਾਂ ਮਾਲਕ ਲਵਾਉਣ ਵਾਲਾ ਫੋਟੋ ਆ ਫੋਟੋ ਮਾਲਕ ਲਵਾਵੇ ਔਰ ਜੀ ਛੱਦ ਕੇ ਲਵਾਵੇ ਪਤਾ ਕਹਿੰਦੇ ਮੇਰੀ ਗੱਲ ਇਹ ਆ ਵੀ ਤੁਸੀਂ ਆਪਣੇ ਬੰਦੋ ਠੀਕ ਰਹੋ ਅੱਛਾ ਗਾਉਂਦੇ ਰਹੋ ਬਿਲਕੁਲ ਬਾਕੀ ਤਾਂ ਚੱਲਣ ਤਾਂ ਚਾਹਤ ਫਤਿਹਲੀ ਖਾਂ ਵੀ ਚਲੀ ਜਾਂਦਾ ਬਦੋ ਬਦੀ ਵਾਲਾ ਜੀ ਜੀ ਸ਼੍ਰੀ ਲੋਕਾਂ ਦੀ ਲੋਕੀ ਵੈਸੇ ਘੱਟ ਸੁਣਦੇ ਨੇ ਸ੍ਰੀ ਅੱਜਕੱਲ ਸਹੀ ਗੱਲ ਹੈ ਹੈਨਾ ਸੋਨੇ ਸਿੱਤੋੜਾ ਬਹੁਤ ਚੱਲੀ ਹੋਈ ਹੈ ਤੋ ਸੀ ਤੋ ਬੜਾ ਦੇਖੋ ਨਾ ਉਹ ਦੇਖ ਚਲੀ ਜਾਂਦਾ ਲੋਕਾਂ ਨੂੰ ਮੈਨੂੰ ਇਸ ਗੱਲ ਨਹੀਂ ਸਮਝ ਲੱਗਦੀ ਕਿ ਲੋਕੀ ਕਿੰਦਾਂ ਦੂਰ ਪਏ ਨਾ ਇਹ ਸਹੀ ਗੱਲ ਹੈ ਜੀ ਸ੍ਰੀ ਲੋਕਾਂ ਨੂੰ ਲੋਕੀ ਦਰਕਾਰੀ ਜਾਂਦੇ ਨੇ ਸੁਣਦੇ ਹੀ ਨਹੀਂ ਹੈਗੇ ਬਿਲਕੁਲ ਜੀ ਉਹਦੋਂ ਬਦੀ ਮੇਰੇ 28 ਮਿਲੀਅਨ ਤੱਕ ਪਹੁੰਚ ਗਿਆ ਦੇਖੋ ਨਾ ਮੈਂ ਰਾਤ ਹੀ ਮੈਂ ਉਸਤਾਦ ਜੀ ਉਹਨਾ ਸ਼ੋਅ ਦੇਖੀ ਜਾਂਦਾ ਸੀਗਾ ਜੀ ਸਲੀਮ ਭਾਈ ਦਾ ਜੀ ਕਿ ਉੱਥੇ ਮੈਂ ਜਦੋਂ ਦੇਖਿਆ YouTube ਖੋਲ ਕੇ ਉਹ ਸੋਨੂ ਸੀ ਤੁਸੀਂ ਫੋਟੋ ਲੱਗੀ ਮੈਂ ਇੰਦੇ ਲੱਗੀ ਹੋਈ ਦੇਖੋ ਮੈਂ ਕਿਹਾ ਯਾਰ ਕਮਾਲ ਹੋ ਗਈ ਯਾਰ ਇੱਕ ਕੁੜੀ ਸੀਗੀ ਉਹ ਮੈਂ YouTube ਤੇ ਜਦੋਂ ਮੈਂ ਲਾਈਵ ਦੇਖਿਆ ਨਿਗਾਰ ਆ ਗਿਆ ਗਾਇਕੀ ਚ ਹਾਂ ਜੀ ਜੀ ਜਦੋਂ ਕੁੜੀ ਗਾ ਰਹੀ ਸੀ ਉਹ ਕੁੜੀ ਨੂੰ ਤੱਕੇ ਮਾਰ ਰਹੇ ਸੀ ਉਹ ਓਏ ਵੀ ਯਾਰ ਇੰਨਾ ਵੀ ਵੱਡੇ ਵੱਡੇ ਸਿੰਗਰ ਆ ਰਹੇ ਨੇ ਐਦਾਂ ਟਾਈਮ ਨਹੀਂ ਦੇ ਸਕਦੇ ਅਸੀਂ ਹੂੰ ਤੇ ਉਸ ਤੋਂ ਬਾਅਦ ਮੈਂ ਦੇਖਿਆ ਮੈਂ ਕਿ ਸੋਨੂ ਸੀਤੂ ਦਾ ਐਂਟਰੀ ਯਾਰ ਬੜੀ ਤਵਾਕੇਦਾਰ ਹੋਈ ਹੈ ਜਿਹੜਾ ਬੰਦਾ ਸਰੀਲਾ ਮਿੰਤਾ ਕਰੀ ਜਾਂਦਾ ਹੈ ਉਹਦੀ ਜਿਹੜੀ ਵਾਰੀ ਆ ਬਹੁਤ ਲੇਟ ਆਈ ਹੈ ਸ਼ੂਸ਼ੀ ਭਾਈ ਯਾ ਜਲਦੀ ਹੈ ਜੀ ਬਿਲਕੁਲ ਜੀ ਬਿਲਕੁਲ ਵੀ ਉਹਨੇ ਉੱਥੇ ਚਲੋ ਠੀਕ ਹੈ ਸੋਨੂ ਵੀ ਪਰ ਕੀ ਗਾਇਆ ਉਹਨੇ ਕੁਝ ਨਹੀਂ ਗਾਇਆ ਉਹ ਲੋਕਾਂ ਨੇ ਨਹੀਂ ਗਾਣਾ ਤਾਂ ਤੂੰ ਆਉਂਦਾ ਹੀ ਨਹੀਂ ਕੋਈ ਕੁਝ ਵੀ ਨਹੀਂ ਉਹ ਕਰਨੀ ਚੱਕ ਚ ਆਏ ਹੋਇਆ ਜੀ ਫਿਰ ਉਸ ਤੋਂ ਬਾਅਦ ਮੈਂ ਕਿਹਾ ਵੀ ਤੁਸੀਂ ਇਹ ਗੱਲ ਸੋਚੀ ਕਰੀ ਕਿ ਮੈਂ ਮੈਂ ਚਲੋ ਤੁਸੀਂ ਕਲਾਸਿਕਲ ਗਾਉਨੇ ਹੋ ਵਧੀਆ ਗਾਉਨੇ ਹੋ ਡਗਾਈ ਚ ਗਾਉਨੇ ਹੋ ਤੁਸੀਂ ਇਹ ਸੋਚਿਆ ਨਹੀਂ ਕਰੀ ਕਿ ਮੈਂ ਮੈਂ ਵੀ ਹਲਕਾ ਗਾ ਕੇ ਥੋੜਾ ਜਿਹਾ ਨਾਮ ਕਮ ਛੇਤੀ ਘਟ ਲਾ ਮੈਂ ਹਲਕਾ ਗਾ ਕੇ ਹੁਣ ਦੇਖੋ ਜੀ ਮੈਂ ਜਦੋਂ ਵਿੱਚਰਦਾ ਹਾਂ ਜਦੋਂ ਮੈਂ ਸਟੂਡੀਓ ਲਾਈਨ ਦੇ ਵਿੱਚ ਜਾਂਦਾ ਹੂੰ ਉਦੋਂ ਜਿੰਨੇ ਵੀ 뮤직 ਡਾਇਰੈਕਟਰ ਹੁੰਦੇ ਨੇ ਸਾਰੇ ਇਹੀ ਗੱਲ ਕਹਿੰਦੇ ਨੇ ਕਿ ਸਰੀਲਾ ਗਾਣਾ ਤੁਸੀਂ ਛੱਡੋ ਵੀ ਸਿੱਧਾ-ਸਿੱਧਾ ਰੱਖੋ ਅੱਛਾ ਕਹਿੰਦੇ ਨੇ ਕਹਿੰਦੇ ਨੇ ਜੀ ਅੱਛਾ ਕਿ ਸਿੱਧਾ-ਸਿੱਧਾ ਰੱਖੋ ਵੀ ਅੱਜਕੱਲ ਨਹੀਂ ਚੱਲ ਰਹਾ ਹੈ केंदे केंदे बिल्कुल, बिल्कुल। अच्छा म्यूजिक डायरेक्टर ਜਿਹੜੇ ਕਹਿੰਦੇ ਸਟੂਡੀਓ ਚ ਕਹਿੰਦੇ ਨੇ ਵੀ ਸਿੱਧਾ ਕਾਓ ਹਾਂ ਬਿਲਕੁਲ ਬਿਲਕੁਲ ਅੱਛਾ ਵੀ ਤੁਸੀਂ ਗਾਣਾ ਹੀ ਉਹਦਾ ਦਾ ਚੂਜ਼ ਕਰੋ ਵੀ ਜਿਹੜਾ ਚੱਲਦਾ ਹੈ ਇੰਸਟਾਗ੍ਰਾਮ ਤੇ ਆਪਾਂ ਚਲਾਈਏ ਰੀਲਾਂ ਬਣਾਈਏ ਹੂੰ ਤੇ ਉਹ ਹੁਣ ਅੰਦਰ ਹੀ ਉਹ ਜਿਹੜੀ ਤਾਰ ਹੀ ਉੱਥੇ ਜੁੜੀ ਹੋਈ ਹੈ ਉਹ ਉਹ ਨਹੀਂ ਹਟਦੀ ਨਹੀਂ ਟੁੱਟ ਸਕਦੀ ਨਹੀਂ ਟੁੱਟਦੀ ਪਰ ਉਹ ਬੰਦੇ ਨੂੰ ਕੋਸ਼ਿਸ਼ ਅਲੱਗ ਕਰਨੀ ਪੈਂਦੀ ਹੈ ਅਲੱਗ ਮਿਹਨਤ ਕਰਨੀ ਪੈਂਦੀ ਹੈ ਜਦੋਂ ਗਾਣਾ ਮਿਲਦਾ ਹੈ ਉਹਨੂੰ 10 ਦਿਨ ਪਹਿਲਾਂ ਸੁਣਨਾ ਪੈਂਦਾ ਹੈ ਹੂੰ ਫਿਰ ਕਿਤੇ ਨਾ ਕਿਤੇ ਜਾ ਕੇ ਉਹ ਗੱਲ ਬਣਦੀ ਹੈ ਕੀ ਕੁਝ ਗਾਣੇ ਲਏ ਵੀ ਕਿਸੇ ਤੋਂ ਤੁਸੀਂ ਗਾਣੇ ਲਏ ਨਹੀਂ ਕਿ ਜੀ ਲਏ ਨਹੀਂ ਲਏ ਮਤਲਬ ਕਿ ਮ ਤੋਂ ਬਾਅਦ ਹੂੰ ਚਲੋ ਉਹਨਾਂ ਦਾ ਮੈਂ ਨਾਮ ਨਹੀਂ ਲਾਉਂਗਾ ਜਿੱਦਾਂ ਵੀ ਨੇ ਠੀਕ ਨੇ ਉਹ ਪਰ ਉਹਨਾਂ ਨੇ ਮੇਰਾ ਸਾਲ ਖਰਾਬ ਕੀਤਾ ਤੇ ਉਸ ਤੋਂ ਬਾਅਦ ਮੈਂ ਫੋਨ ਖਰਾਬ ਮਤਲਬ ਮੈਂ ਤੁਹਾਨੂੰ ਬੁਲਾਇਆ ਹੀ ਨਹੀਂ ਉਹਨਾਂ ਨੇ ਸਾਲ ਖਰਾਬ ਦਾ ਮਤਲਬ ਭਾਜੀ ਜਿੱਦਾਂ ਵੀ ਮੇਰਾ ਫੋਨ ਨਾ ਚੱਕਣਾ ਉਹਨਾਂ ਨੇ ਹੂੰ ਵੀ ਜਦੋਂ ਇੱਕ ਪੰਜਾਬ ਦੀ ਕੰਪਨੀ ਹਾਂਜੀ ਪੰਜਾਬ ਦੀ ਕੰਪਨੀ ਪੰਜਾਬ ਦੀ ਕੰਪਨੀ ਹੈ ਜੀ ਅਮ੍ਰਿਤਸਰ ਦੇ ਬੰਦੇ ਨੇ ਅੱਛਾ ਤੇ ਉਸ ਤੋਂ ਬਾਅਦ ਜਿਨ੍ਹਾਂ ਨੇ ਮੈਨੂੰ ਸਾਈਨ ਕਰਵਾਇਆ ਸੀ ਹੂੰ ਸਾਰੇ ਮਤਲਬ ਕਿ ਮੇਰੇ ਵੈਰੀ ਬਣ ਗਏ ਸੀ ਕਿ ਵੀ ਕੋਈ ਫੋਨ ਹੀ ਨਹੀਂ ਚੱਕਦਾ ਹੂੰ ਕਦੇ ਕਦੇ ਕਰਨ ਵੀ ਇਦਾਂ ਕਰਕੇ ਮੇਰੀ ਭੈਣ ਦੀ ਡੈਥ ਹੋਈ ਹੈ ਮੈਂ ਕਿਹਾ ਚਲੋ ਯਾਰ ਜੋ ਡੈਥ ਹੋ ਗਈ ਮੈਂ ਕਿਹਾ ਚਲੋ ਆਪਾਂ ਨੂੰ ਜਾਣਾ ਹੀ ਬਣਦਾ ਆ ਇੱਕ ਵਾਰੀ ਉਹਨਾਂ ਦੀ ਮਦਰ ਦੀ ਡੈਥ ਹੋਈ ਸੀ ਉਸ ਤੋਂ ਬਾਅਦ ਮੈਂ ਗਿਆ ਫਿਰ ਮੈਂ ਉਹਨੂੰ 6 ਮਹੀਨੇ ਬਾਅਦ ਫੋਨ ਲਾਇਆ ਮੈਂ ਕਿਹਾ ਭਾਜੀ ਕਿੱਦਾਂ ਜੀ ਕਹਿੰਦਾ ਮੈਂ ਕਟਿੰਗ ਕਰਾ ਰਹੇ ਹਾਂ ਜੀ ਉਹ ਨਾਈ ਨੇ ਗੱਲ ਕੀਤੀ ਮੈਂ ਕਿਹਾ ਮੈਂ ਅੱਕ ਗਿਆ ਮੈਂ ਥੋੜਾ ਜਿਹਾ ਗੁੱਸੇ ਜਾ ਗਿਆ ਮੈਂ ਕਿਹਾ ਭਾਜੀ ਮੈਂ ਵੀ ਕਟਿੰਗ ਕਰਾਉਣਾ ਯਾਰ ਵੀ ਤੁਸੀਂ ਇਦਾਂ ਐਨੇ ਥੋੜੇ ਕਿੱਡੇ ਕਿੱਡੇ ਬਾਲਿਆ ਵੀ ਤੁਸੀਂ ਘੰਟਾ ਲੱਗ ਜਾਣਾ ਤੇ ਬਾਅਦ ਚ ਮੈਂ ਫਿਰ 4-5 ਮਹੀਨੇ ਬਾਅਦ ਲਾਇਆ ਕਹਿੰਦੇ ਮੈਂ ਗੱਡੀ 'ਚ ਬਹਿ ਕੇ ਗੱਲ ਕਰਦਾ ਕਮਲਦਰਨਾ ਮੈਂ ਕਿਹਾ ਠੀਕ ਹੈ ਜੀ ਇਦਾਂ ਹੀ ਮਿਲ ਕੇ ਸਾਲ ਖਰਾਬ ਹੋ ਗਿਆ ਸਚਿਨ ਭਾਜੀ ਉਹਨਾਂ ਨੇ ਫੋਨ ਲਾਇਆ ਜਦੋਂ ਸਭ ਭਾਜੀ ਨੇ ਮੈਨੂੰ ਬੁਲਾਇਆ ਕਿ ਆ ਜਾ ਤਰਾ ਗਾਣਾ ਕਰਦੇ ਆ ਉਸ ਤੋਂ ਬਾਅਦ ਮੈਂ ਉਹਨਾਂ ਨੂੰ ਨੰਬਰ ਦਿੱਤਾ ਉਹਨਾਂ ਨੇ ਪ੍ਰੋਡਿਊਸਰ ਸਾਹਿਬ ਨਾਲ ਗੱਲ ਕੀਤੀ ਫਿਰ ਕਿਤੇ ਨਾ ਕਿਤੇ ਜਾ ਕੇ ਉਹ ਥੋੜਾ ਜਿਹਾ ਪ੍ਰਭਾਵ ਜਾ ਪਿਆ ਡਰ ਕੇ ਜਿ ਉਹਨਾਂ ਨੇ ਮੈਨੂੰ ਐਨਓਸੀ ਦਿੱਤੀ ਆ ਹੁਣ ਜੀ ਹੁਣ ਮੈਂ ਥੋੜਾ ਜਿਹਾ ਖੁੱਲੋਂ ਆਇਆ ਫ੍ਰੀ ਹੋ ਗਏ ਬਿਲਕੁਲ ਚ ਐਨਓਸੀ ਮਿਲ ਗਈ ਮੈਨੂੰ ਐਨਓਸੀ ਮਿਲ ਗਈ ਮਤਲਬ ਬਾਂਡ ਤੋਂ ਨਿਕਲ ਗਏ ਬਾਂਡ ਤੋਂ ਨਿਕਲ ਗਏ ਹੁਣ ਗਾਂਹ ਕਿਸੇ ਕੰਪਨੀ ਨਾਲ ਗੱਲ ਚੱਲ ਰਹੀ ਤੁਹਾਡੀ ਨਹੀਂ ਗਾਂਹ ਕੰਪਨੀ ਨਾਲ ਨਹੀਂ ਵੀ ਇੱਕ ਸਾਡੇ ਪਟ ਸਾਇਲ ਪ੍ਰੋਡਕਸ਼ਨ ਉਹਨਾਂ ਦਾ ਉਹਨਾਂ ਨਾਲ ਕੰਮ ਕਰ ਰਹੇ ਹਨ ਅੱਛਾ ਉਹ ਕਹਿੰਦੇ ਲਾਂਚ ਕਰਾਂਗੇ ਉਹ ਕਹਿੰਦੇ ਲਾਂਚ ਕਰਾਂਗੇ ਲਾਂਚ ਕਰਾਂਗੇ ਜਲਦੀ ਉਮੀਦਾਂ ਨੇ ਜਲਦੀ ਉਮੀਦਾਂ ਹੈ ਬਸ ਚਲੋ ਆਪਾਂ ਇਸੇ ਨੋਟ ਤੇ ਇੱਕ ਤੁਹਾਨੂੰ ਬਹੁਤ ਸਾਰੀਆਂ ਵਧਾਈਆਂ ਦਿੰਦੇ ਹੋਏ ਥੈਂਕ ਯੂ ਕਹਿੰਦੇ ਸਾਡਾ ਜਿਹੜਾ ਆਪਾਂ ਵੇਖਿਆ ਉਹ ਹੋਰ ਉਜਵਲ ਹੋਵੇ ਔਰ ਤੁਸੀਂ ਇੱਕ ਚੰਗੇ ਸਟਾਰ ਬਣੋ ਔਰ ਦੁਬਾਰਾ ਫਿਰ ਸਾਡੇ ਸਟੂਡੀਓ ਚ ਸਟਾਰ ਬਣ ਕੇ ਆਓ ਪਰ ਬੌਂਸਰ ਆਪਣੇ ਤੁਸੀਂ ਬਾਹਰ ਕਢਾਇਆਓ ਸਾਡੇ ਨਹੀਂ ਨਹੀਂ ਭਾਜੀ ਬੌਂਸਰ ਆਪਾਂ ਬੌਂਸਰ ਵਾਲਾ ਕੰਮ ਹੀ ਨਹੀਂ ਕਰਨਾ ਉਹ ਜਿੱਦਾਂ ਤੁਸੀਂ ਕਿਹਾ ਨਾ ਵੀ ਚਲਟਾ ਪਾੜਤਾਂ ਕਿ ਜਾਂਦੇ ਹਾਂ ਨਹੀਂ ਸੁਰੀਲੇ ਸੁਰੀਲੇ ਲੋਕ ਵੈਸੇ ਫਰੋਜ ਭਾਈ ਨੇ ਮੇਰਾ ਬਹੁਤ ਬਹੁਤ ਦੁੰਦਾ ਪਿਆਰਾ ਹੈ ਮੇਰਾ ਮੈਂ ਨਾ ਅਭੀ ਸਾਰੇ ਸੁਰੀਲੇ ਸੰਗਰਣ ਨੂੰ ਮੈਂ ਸੁਣ ਜਾਂਦਾ ਹੁੰਦਾ ਸੀ ਜੀ ਵੀ ਉਸਤਾਦ ਜੀ ਉਹਨਾਂ ਨੂੰ ਮੈਂ ਜਿੱਦਾਂ ਕਮਲ ਖਾਨ ਸਾਹਿਬ ਨੂੰ ਜਿੱਦਾਂ ਸੁਣਨ ਜਾਂਦਾ ਸੀ ਜੀ ਵੀ ਜਿੱਦਾਂ ਉਹਨਾਂ ਦੀ ਐਂਟਰੀ ਹੋਈ ਆ ਲੋਕ ਪੂਰੇ ਖੜੇ ਹੋ ਕੇ ਦੇਖਦੇ ਸੀ ਕਿ ਯਾਰ ਕਿੱਧਰੋਂ ਆ ਗਿਆ ਇੱਧਰੋਂ ਆ ਗਿਆ ਤੇ ਮੈਂ ਦੇਖਦਾ ਮੈਂ ਕਹਿੰਦਾ ਯਾਰ ਉਸਤਾਦ ਜੀ ਜਾਣਦੇ ਵੀ ਨਹੀਂ ਆਪਾਂ ਨੂੰ ਪਰ ਮੈਂ ਕਹਿੰਦਾ ਇਹਨਾਂ ਲੋਕਾਂ ਨੂੰ ਕੀ ਪਤਾ ਕੀ ਆਪਾਂ ਨਾਲ ਕੀ ਪਿਆਰ ਹੈ ਮੈਨੂੰ ਇਦਾਂ ਲੱਗਦਾ ਕਿ ਸਾਡੇ ਘਰ ਦਾ ਕੋਈ ਜਾਂ ਮੇਰਾ ਭਰਾ ਜਾਂ ਕੋਈ ਮੇਰੇ ਡੈਡ ਗਾਈ ਜਾਂਦਾ ਐਦਾਂ ਮੇਰੀ ਫੈਮਿਲੀ ਦੇ ਵਿੱਚ ਕੋਈ ਗਾਈ ਜਾਂਦਾ ਹੂੰ ਕਿਤੇ ਵੀ ਮੈਨੂੰ ਜਾਂ ਉਹਨਾਂ ਦਾ ਗਾਣਾ ਚੱਲਦਾ ਐ ਮੈਂ ਬਸ ਜਾਂਦਾ ਮੈਂ ਕਹਿੰਦਾ ਯਾਰ ਚਲੋ ਕੋਈ ਗੱਲ ਨਹੀਂ ਨੋਰਮਲ ਗੱਲ ਆਪਣੇ ਕਰਦਾ ਹੀ ਬੰਦਾ ਐ ਵੀ ਮੈਨੂੰ ਐਦਾਂ ਫੀਲ ਹੁੰਦਾ ਐ ਆਪਣਾ ਤਕਫੀਲ ਹੁੰਦੀ ਐ ਆਪਣੇ ਅੰਦਰ ਫੀਲ ਹੁੰਦਾ ਕਿ ਯਾਰ ਆਪਣਾ ਹੀ ਬੰਦਾ ਐ ਉਹ ਹੂੰ ਤੇ ਮਤਲਬ ਕਿ ਪਤਾ ਨਹੀਂ ਕੀ ਉਹਨਾਂ ਨਾਲ ਪਿਆਰ ਆ ਮੇਰਾ ਸਿਕਸ ਇਹ ਸੁਰ ਦੀ ਸਾਂਝ ਐ ਬਿਲਕੁਲ ਜੀ ਬਿਲਕੁਲ ਸੁਰ ਦੀ ਸਾਂਝ ਐ ਬਿਲਕੁਲ ਜੀ ਹੁਣ ਮੈਂ ਜਦਾਂ ਜਾਂਦਾ ਹੁੰਦਾ ਸੀ ਮੇਰੇ ਕੋਲੇ ਕਰਾਇਆ ਵੀ ਨਹੀਂ ਸੀ ਹੁੰਦਾ ਭਾਜੀ ਕਿ ਜਦੋਂ ਮੈਂ ਪਟਿਆ ਹੋਰ ਦੁਆਬੇ ਏਰੀਆ ਦੇ ਵਿੱਚ ਬਹੁਤ ਜਗ੍ਹਾ ਤੇ ਮੈਂ ਗਿਆ ਆ ਤੇ ਕਈ ਵਾਰੀ ਤਾਂ ਵੀ ਮਤਲਬ ਕਿ ਮੈਂ ਕਹਿੰਦਾ ਹੁੰਦਾ ਬਈ ਯਾਰ ਮੈਨੂੰ ਕਿਰਾਇਆ ਹੀ ਦੇ ਦੇ ਯਾਰ ਮੈਂ ਉਸਤਾਦ ਜੀ ਉਹਨਾਂ ਦਾ ਸ਼ੋਅ ਅੱਜ ਮੈਂ ਸੁਣਨ ਨਹੀਂ ਜਾਣਾ ਉਹਨਾਂ ਨੂੰ ਅੱਛਾ ਤੇ ਬੰਦਾ ਕਹਿੰਦਾ ਯਾਰ ਤੂੰ ਕਿਹੜੇ ਗਮੇ ਪਿਆ ਆ ਯਾਰ ਵੀ ਤੂੰ ਕੋਈ ਨਹੀਂ ਅਗਲੀ ਵਾਰੀ ਚਲੇਂਗੇ ਤੇ ਵੀ ਮੈਂ ਮਤਲਬ ਕਿ ਬਹੁਤ ਚੀਜ਼ਾਂ ਮੈਂ ਉਸਤਾਦ ਜੀ ਉਹਨਾਂ ਤੱਕ ਮੈਂ ਬੜਾ ਸੰਘਰਸ਼ ਕਰਕੇ ਪਹੁੰਚਿਆ ਹਾਂ ਉਹਨਾਂ ਕੋਲ ਕਦੀ ਇਦਾਂ ਵੀ ਹੋਇਆ ਬਈ ਤੁਸੀਂ ਕਿਸੇ ਸ਼ੋਅ ਤੇ ਗਏ ਹੋ ਔਰ ਫਿਰ ਮੂਰੇ ਟਾਈਮ ਹੀ ਨਹੀਂ ਮਿਲਿਆ ਅਗਰ ਕਿਤੇ ਛੱਡ ਪਰੇ ਯਾਰ ਮੇਨ ਸਿੰਗਰ ਆ ਰਿਹਾ ਤੂੰ ਪੁੱਛਿਓ ਜੀ 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 ਐਦਾਂ ਬਹੁਤ ਅਰੀ ਹੋਇਆ ਜੀ ਬਹੁਤ ਅਰੀ ਹੋਇਆ ਬਿਲਕੁਲ ਜੀ ਅੱਛਾ ਮਲਕੀ ਇੱਕ ਵਾਰੀ ਤਾਂ ਵੀ ਇੱਕ ਬਰਥਡੇ ਸੀਗਾ ਕਿ ਦੋਥੇ ਜਾਕਰਨ ਤੇ ਮੈਂ ਗਾਉਣਾ ਸੀਗਾ ਹੂੰ ਤੇ ਉੱਥੇ ਜਿਹੜਾ ਸਿੰਗਰ ਗਾਈ ਜਾਂਦਾ ਸੀਗਾ ਹੂੰ ਉਹ ਸਿੰਗਰ ਨੂੰ ਪਤਾ ਲੱਗ ਗਿਆ ਵੀ ਯਾਰ ਇਹ ਬੰਦਾ ਆ ਗਿਆ ਵੀ ਚਲੋ ਮੈਂ ਮਾਨ ਕਰਕੇ ਇਹਨੂੰ ਕਹੂੰਗਾ ਵੀ ਜਿੰਨੀ ਯਾਰੀ ਮੈਂ ਜਿੱਥੇ ਵੀ ਗਾਇਆ ਆ ਵੀ ਉਹ ਆਪਾਂ ਮੇਲਾ ਲੁੱਟ ਕੇ ਲੈ ਜਾਏਗਾ ਵੀ ਇਹਨਾਂ ਪਿਆਰ ਲੋਕ ਕਰਦੇ ਆ ਹੂੰ ਤੇ ਇੱਕ ਵਾਰੀ ਮੈਂ ਗਾਇਆ ਉਹ ਮਲਕੀ ਇੱਕ ਸ਼ੋਅ ਪਹਿਲਾਂ ਸੀਗਾ ਹੂੰ ਉਦੋਂ ਮੈਂ ਗਾਇਆ ਉੱਥੇ ਵੀ ਉਹੀ ਸਿੰਗਰ ਸੀ ਹੂੰ ਉਦੋਂ ਮੈਂ 2 ਮਿੰਟ ਪਹਿਲਾਂ ਗਾਤਾ ਉਹ ਵੀ ਚਲੋ ਪੈਸੇ ਦੀ ਗੱਲ ਨਹੀਂ ਕਹਿੰਦੇ ਲੋਕ ਪਿਆਰ ਇਹਨਾਂ ਦੇ ਦਿੰਦੇ ਆ ਹੂੰ ਜਦੋਂ ਮੈਂ ਗਾ ਕੇ ਨਿਕਲ ਗਿਆ ਲੋਕ ਆਪ ਉਹਦੇ ਘਰੇ ਚ ਲਗੇ ਹੂੰ ਉਸ ਤੋਂ ਬਾਅਦ ਉਹਨਾਂ ਨੇ ਮੈਨੂੰ ਬਰਥਡੇ ਤੇ ਕਿਸੇ ਦੇ ਸੱਦੇ ਆਪਣੇ ਸਾਡੇ ਸ਼ਹਿਰ ਦੇ ਵਿੱਚ ਹੂੰ ਤੇ ਉਹ ਬੰਦੇ ਨੂੰ ਪਤਾ ਲੱਗ ਗਿਆ ਕਿ ਯਾਰ ਕਮਲ ਆਇਆ ਹੋਇਆ ਹੂੰ ਤੇ ਉਸ ਤੋਂ ਬਾਅਦ ਮੈਨੂੰ ਬੰਦੇ ਕਹਿੰਦੇ ਵੀ ਮੇਰੇ ਨਾਲ ਸੀ ਜਿਹੜੇ ਯਾਰ ਦੋਸਤ ਸਪੋਰਟ ਕਰਦੇ ਸੀ ਹੂੰ ਕਿ ਯਾਰ ਵੀ ਤੂੰ ਗਾਉਣਾ ਹੀ ਗਾਉਣਾ ਕਮਲ ਕੁਝ ਵੀ ਹੋ ਜਾ ਅੱਜ ਭਾਵੇਂ ਅਸੀਂ ਲੜਾਈ ਹੋ ਜੇ ਵੀ ਤੂੰ ਗਾ ਕੀ ਜਾਣਾ ਹੈ ਹੂੰ ਵੀ ਤੂੰ ਅਸੀਂ ਕਹਿਣਾ ਕਿ ਸਾਡੇ ਭਰਾ ਨੂੰ ਸੁਣੋ ਯਾਰ ਇੱਕ ਵਾਰੀ ਤੁਸੀਂ ਸੁਣ ਲਓ ਹੂੰ ਬਾਅ ਤੇ ਮੈਂ ਉੱਥੇ ਗਿਆ ਉਹ ਬੰਦੇ ਨੇ ਸਾਨੂੰ ਭਾਜੀ ਮੈਂ ਇਦਾਂ ਬੈਠਾ ਰਿਆ 2 ਵਜੇ ਤੱਕ ਸਾਨੂੰ ਟਾਈਮ ਨਹੀਂ ਦਿੱਤਾ ਬਿਠਾਈ ਰੱਖਿਆ 2 ਵਜੇ ਵੀ ਟਾਈਮ ਦਿੱਤਾ ਉਹਨੇ ਉਹ ਵੀ ਸਿਰਫ 1 ਮਿੰਟ ਦਾ ਉਹਦੇ ਨਾਲ ਹੀ ਐਂਕਰ ਨੇ ਕਹਿੰਦਾ ਭਰਾ ਜੇ ਸ਼ੌਂਕ ਹੈ ਨਾ ਕਹਿੰਦਾ ਅਭਦਾ ਕਰੋ ਅੱਛਾ ਫਿਰ ਮੈਂ ਮਾਤਾ ਜੀ ਨੂੰ ਕਿਹਾ ਮੈਂ ਕਿਹਾ ਜਾਂ ਤਾਂ ਮੈਨੂੰ ਕੋਈ ਇਦਾਂ ਬੈਟਿੰਗ ਬੋਲਿੰਗ ਦਾ ਕੰਮ ਸਿਖਾ ਦਿਓ ਮੈਂ ਉਹ ਕਰ ਲੈਣਾ ਜਾਂ ਫਿਰ ਵੀ ਇਦਾਂ ਡੀਸਤੀ ਨਾ ਕਰਵਾਇਆ ਕੋਈ ਫਿਰ ਚਲੋ ਇਦਾਂ ਵੀ ਮਾਤਾ ਨੇ ਆਪਣੀ ਹੱਥ ਫੜੀ ਬਾਬਾ ਜੀ ਨੇ ਸਾਰਾ ਕੁਝ ਠੀਕ ਹੋ ਗਿਆ ਜੀ ਬੜੀਆ ਹੋ ਗਿਆ ਬਿਲਕੁਲ ਜੀ ਹੁਣ ਗਾਈਆਂ ਨੇ ਵਧੀਆ ਵੀ ਚਲੋ ਹੁਣ ਗਾਈ ਜਾਂਦੇ ਆ ਵੀ ਹੁਣ ਸਾਰੇ ਇਹ ਗੱਲ ਕਹਿੰਦੇ ਨੇ ਕਿ ਤੂੰ ਇਦਾਂ ਨਾ ਜਾਇਆ ਕਰ ਇੱਕ ਗੱਲ ਮੈਂ ਬੜੀ ਨੋਟ ਕੀਤੀ ਹੈ ਕਿਉਂਕਿ ਖਬਰਾਂ ਨਾਲ ਵੀ ਸਾਡਾ ਵਾਬ ਵਾਸਤਾ ਪੈਂਦਾ ਰਹਿੰਦਾ ਹੈ ਸਿੰਘਰਾਂ ਨਾਲ ਚਲੋ ਇਹ ਤਾਂ ਮੇਰਾ ਆਪਣਾ ਪਰਿਵਾਰ ਆ ਸਾਰਾ ਹੀ ਹਸ ਭਾਈ ਤੋਂ ਲੈ ਕੇ ਸਾਰੇ ਨਾ ਆਪਣਾ ਮੇਰਾ ਪਰਿਵਾਰ ਆ ਮੈਂ ਕਹਿੰਦਾ ਬਿਲਕੁਲ ਤੇ ਬਹੁਤੇ ਜਿਹੜੇ ਅੱਜਕੱਲ ਦੇ ਨਵੇਂ ਮੁੰਡੇ ਨੇ ਜੀ 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 ਉਹ ਕਿਦੇ ਬਾਹਰ ਜਾ ਕੇ ਜਿੱਥੇ ਆਵਾਜ਼ ਸੁਣਨ ਸੰਸਾਨ ਜਗ੍ਹਾ ਹੈ ਜਾਂ ਕੋਈ ਥੋੜੀ ਜਿਹੀ ਅੱਛੀ ਜਗ੍ਹਾ ਹੈ ਉੱਥੇ ਜਾ ਕੇ ਗਾ ਕੇ ਤੇ ਉਹ ਇੰਸਟਾਗ੍ਰਾਮ ਤੇ ਫੇਸਬੁੱਕ ਤੇ ਰੀਲਾਂ ਬੜੀਆਂ ਬਣਾਉਂਦੇ ਨੇ ਉਹਦੇ ਨਾਲ ਵੀ ਕਾਫੀ ਜਿਹੜੀ ਨਾ ਉਹ ਜਿਹੜੀ ਜਿਹੜੇ ਅੱਛੇ ਕਲਾਕਾਰ ਨੇ ਉਹਨਾਂ ਨੂੰ ਕੋਈ ਕੋਈ ਨਾ ਕੋਈ ਬ੍ਰੇਕ ਮਿਲ ਜਾਂਦੀ ਹੈ ਮੈਂ ਤੁਹਾਨੂੰ ਦੇਖਿਆ ਨਹੀਂ ਕਦੀ ਮਤਲਬ ਤੁਸੀਂ ਇਦਾਂ ਰੀਲਾਂ ਜਾਂ ਇੰਸਟਾਗ੍ਰਾਮ ਤੇ ਜਾਂ ਉੱਤੇ ਪਾਉਂਦੇ ਹੋ ਤੁਸੀਂ ਇਦਾਂ ਹੀ ਮੈਂ ਨਾ ਮਤਲਬ ਕਿ ਸਾਡਾ ਟੀਮ ਵਰਕ ਜਿਆ ਨਹੀਂ ਹੈਗਾ ਜੀ ਅੱਛਾ ਤੇ ਮੈਂ ਕੱਲਾ ਹੀ ਚੱਲਦਾ ਆ ਵੀ ਜੋ ਕਰਦਾ ਮੈਨੂੰ ਪਤਾ ਕਿ ਥੋੜਾ ਲੇਟ ਹੋ ਜਾਊਗਾ ਯਾਰ ਕੋਈ ਚੱਕਰ ਨਹੀਂ ਤੇ ਮੈਨੂੰ ਦੱਸਿਆ ਵੀ ਇਸ ਟਾਈਮ ਮੇਰਾ ਥੋੜਾ ਨਾ ਵੀ ਮਾਹੌਲ ਦਾ ਖਰਾਬ ਆਇਆ ਕਿ ਉਹ ਵੀਡੀਓ ਬਣਾਉਣ ਵਾਲਾ ਉਹ ਮਨਜਾ ਨਹੀਂ ਕਰਦਾ ਜੀ ਅੱਛਾ ਮੈਨੂੰ ਆ ਵੀ ਜੇ ਵੀ ਆਪਾਂ ਮਿਹਨਤ ਕਰੀ ਜੰਨੇ ਆ ਵੀ ਹੋ ਜਾਊਗਾ ਸਾਰਾ ਕੁਝ ਵੀਡੀਓ ਇਦਾਂ ਮੈਂ ਪਾਉਂਦਾ ਰਹਿਣਾ ਆ ਅੱਛਾ ਬਲਕਿ ਜ਼ਿਆਦਾ ਇਹ ਨਹੀਂ ਸੋਚਦਾ ਕਿ ਯਾਰ ਵੀਡੀਓ ਪਾ ਕੇ ਅੱਗੇ ਜਾਣਾ ਆ ਕਿਉਂਕਿ ਅੱਜ ਦਾ ਜਿਹੜਾ ਦੌਰ ਹੈ ਉਹ ਸੋਸ਼ਲ ਮੀਡੀਆ ਦਾ ਬਹੁਤ ਦੌਰ ਹੈ ਬਿਲਕੁਲ ਜੀ ਬਿਲਕੁਲ ਚੰਗੇ ਤੋਂ ਚੰਗਾ ਵੀ ਚਾਹੇ ਮਾੜੇ ਤੋਂ ਮਾੜਾ ਵੀ ਪਾ ਇਹ ਚਾਹਤ ਫੋਟੋ ਲੈਣ ਆ ਕੇ ਫੇਟ ਹੋਣ ਦਾ ਕਾਰਨ ਸੀ ਸੋਸ਼ਲ ਮੀਡੀਆ ਜੀ 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 ਸੋਨੂ ਸਿੱਤੂ ਵਾਲੇ ਨੂੰ ਕੋਣ ਜਾਣਦਾ ਜੀ ਸੋਸ਼ਲ ਮੀਡੀਆ ਤੇ ਨਾ ਆਉਂਦੇ ਨਾ ਇਸੇ ਕਰਕੇ ਮੈਨੂੰ ਇਹ ਮੈਨੂੰ ਮੈਨੂੰ ਵੀ ਆਪਰੋ ਵੀ ਲੱਗਦਾ ਹੁੰਦਾ ਕਦੇ ਕਦੇ ਮੈਨੂੰ ਵੀ ਬਹੁਤ ਲੋਕ ਕਹਿੰਦੇ ਨੇ ਤੁਸੀਂ ਆਪਣਾ ਪਾ ਲਿਆ ਕਰੋ ਮੈਂ ਕਹਾਂ ਯਾਰ ਟਾਈਮ ਨਹੀਂ ਲੱਗਦਾ ਕੀ ਕਰੀਏ ਬਿਲਕੁਲ ਜੀ ਬਿਲਕੁਲ ਕਿਵੇਂ ਪਾਇਆ ਜਾਵੇ ਪਰ ਮੈਨੂੰ ਲੱਗਦਾ ਵੀ ਤੁਹਾਡੇ ਵਰਗੇ ਜਿਹੜੇ ਅੱਛੇ ਗਾਉਂਦੇ ਸਿੰਗਰ ਨੇ ਉਹਨਾਂ ਨੂੰ ਇਹ ਲੋਕਾਂ ਨੂੰ ਅਪਡੇਟ ਦੇਣੀ ਚਾਹੀਦੀ ਹੈ ਰੋਜ਼ ਦਾ ਇੱਕ ਕਮ ਸੇ ਕਮ ਤੁਹਾਨੂੰ ਇੱਕ ਗਾਣਾ ਪੜ੍ਹਨੋ ਚਾਹੀਦਾ ਹੈ ਅੱਜ ਕੱਲ ਦਾ ਵੀਡੀਓ ਐਡੀਟਰ ਦੀ ਲੋੜ ਹੀ ਨਹੀਂ ਫੋਨ ਰੱਖੋ ਕੰਦੇ ਦੇ ਉੱਪਰ ਆਪੇ ਬਣ ਜਾਂਦੀ ਵੀਡੀਓ ਬਿਲਕੁਲ ਜੀ ਬਿਲਕੁਲ ਇੰਸਟਾਗ੍ਰਾਮ ਤੇ ਪਾ ਦਿਓ ਤੁਸੀਂ ਫੇਸਬੁੱਕ ਤੇ ਪਾ ਦਿਓ ਤੁਸੀਂ ਹੈਨਾ ਬਹੁਤ ਬਹੁਤ ਵੱਡੇ ਵੱਡੇ ਸਿੰਗਰ ਪਾਉਂਦੇ ਨੇ ਦੇਖੋ ਬਿਲਕੁਲ ਜੀ ਬਿਲਕੁਲ ਖਾਨ ਸਾਹਿਬ ਵਰਗੇ ਬੰਦੇ ਜਾਂ ਬਹੁਤ ਬਹੁਤ ਵੱਡੇ ਵੱਡੇ ਕਪਲਖੰਡ ਸ਼ਰਮਾ ਵਰਗੇ ਬਹੁਤ ਸਾਰੇ ਮੈਂ ਕਿਸੇ ਦਾ ਸਾਰੇ ਪਾਉਂਦੇ ਨੇ ਅਪਡੇਟ ਦਿੰਦੇ ਨੇ ਲੋਕਾਂ ਨੂੰ ਜੇ ਤੁਸੀਂ ਲੋਕਾਂ ਨੂੰ ਅਪਡੇਟ ਨਹੀਂ ਦੋਗੇ ਤਾਂ ਤੁਸੀਂ ਟਰੈਕ ਤੋਂ ਹਟ ਜਾਓਗੇ ਪਿੱਛੇ ਲੋਕਾਂ ਦੇ ਮਨਾਂ ਚ ਅੱਜ ਕੱਲ ਦਾ ਮਿੰਡੇ ਘੱਟ ਲੋਕਾਂ ਦੇ ਮਨ ਲੈਣ ਨੂੰ ਕਿਉਂਕਿ ਭ ਸੋਦੀ ਕੁਮਰ ਜੀ ਤੁਸੀਂ ਆਰ 19 ਦੇ ਵਿੜੇ ਆਏ ਬਹੁਤ ਸਾਰੀਆਂ ਮੁਬਾਰਕਾਂ ਤੁਹਾਨੂੰ ਥੈਂਕ ਯੂ ਭਾਈ ਥੈਂਕ ਯੂ ਔਰ ਮੇਰੀ ਪੂਰੀ ਟੀਮ ਤੁਹਾਡੇ ਭਵਿੱਖ ਲਈ ਆਸਬੰਦ ਹੈ ਔਰ ਅਸੀਂ ਦੁਆ ਕਰਦੇ ਹਾਂ ਕਿ ਤੁਸੀਂ ਬਹੁਤ ਜਲਦ ਹੀ ਹਿੱਟ ਹੋਵੋ ਔਰ ਬਹੁਤ ਜਲਦ ਹੀ ਤੁਸੀਂ ਇੱਕ ਵੱਡੇ ਸਟਾਰ ਬਣ ਕੇ ਇੱਕ ਵਾਰ ਫਿਰ ਆਰ 19 ਦੇ ਵਿੜੇ ਆਓ ਤੁਸੀਂ ਆਏ ਹੋ ਬਹੁਤ ਬਹੁਤ ਧੰਨਵਾਦ ਪਰ ਮੈਂ ਚਾਹਨਾ ਕਿ ਸਾਡੀ ਜਿਹੜੀ ਇੰਟਰਵਿਊ ਹੈ ਸਾਡੀ ਜਿਹੜੀ ਗੱਲਬਾਤ ਹੈ ਇਹ ਤੁਹਾਡੇ ਇੱਕ ਚੰਗੇ ਇਹ ਗੀਤ ਨਾਲ ਅਸੀਂ ਦਾ ਹਵਾਲਤ ਕਰੀਏ ਬਿਲਕੁਲ ਜੀ ਹੂੰ ਚਲੋ ਮੈਂ ਮਾਂ ਦੀ ਗੱਲ ਕਰਦੇ ਆਂ ਜੀ ਇਹ ਸਾਰੇ ਜਿੰਨੇ ਵੀ ਸਰੋਤੇ ਇਸ ਚੈਨਲ ਨੂੰ ਪਿਆਰ ਕਰਦੇ ਨੇ ਭਾਜੀ ਨੂੰ ਪਿਆਰ ਕਰਦੇ ਨੇ ਸਾਰੇ ਜਣੇ ਮਾਂ ਨੂੰ ਬਹੁਤ ਜ਼ਿਆਦਾ ਪਿਆਰ ਕਰ ਮੈਂ ਇੱਕ ਸਭ ਦੀ ਮਾਂ ਲਿਕ ਗੱਲ ਕਰਨ ਲੱਗੀ ਜੀ ਹੂੰ ਓ ਬੱਚੇ ਮਾਂ ਦਾ ਦੇਣ ਨਹੀਂ ਦੇ ਸਕਦੇ ਓ ਮਾਂ ਮੈਂ ਕਈ ਕੈਲਾ ਡਲਡਾਉਂਦੀ ਆਂ ਮੈਂ ਕਿਵੇਂ ਪੂਲ ਹਾਂ ਮਾ ਪਿਆਰ ਤੇਰਾ ਤੇਰੀ ਮਮਤਾ ਅਤੇ ਇਹ ਦੁਲਾਰ ਤੇਰਾ ਖੁਦ ਚੱਲਦੀ ਰਹੀ ਤਤਿਆ ਬਮਾ ਓ ਮੈਨੂੰ ਕਰਕੇ ਠੰਡੜੀ ਛਾਂ ਹਰ ਜਨਮ ਦੇਣ ਨਹੀਂ ਦੇ ਸਕਦਾ ਮੈਂ ਤੇਰੇ एहਸਾਨਾਂ ਦਾ ਮੈਂ ਹਰ ਜਨਮ ਦੇਣ ਨਹੀਂ ਦੇ ਸਕਦਾ ਮੈਂ ਤੇਰੇ एहਸਾਨਾਂ ਦਾ ਮਾ ਬਹੁਤ ਬਹੁਤ ਥੈਂਕ ਯੂ ਜੀ ਪੂਰੀ ਟੀਮ ਦਾ ਔਰ ਸਪੈਸ਼ਲੀ ਸਾਡੇ ਸ਼ਰਨਜੀਤ ਭਾਈ ਜੀ ਦਾ ਔਰ ਇਹਨਾਂ ਕੀਮਤੀ ਸਮਾਂ ਕੱਢ ਕੇ ਮੈਨੂੰ ਬੁਲਾਇਆ ਔਰ ਬਹੁਤ ਬਹੁਤ ਥੈਂਕ ਯੂ ਪੂਰੀ ਟੀਮ ਦਾ ਜੀ ਇਹ ਇਹ ਸਹਾਨੀ ਵਿੱਚ ਨਹੀਂ ਦੇ ਸਕਦਾ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਥੈਂਕ ਯੂ